ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀਓ। ਸ਼ਹੀਦ ਅਤੇ ਸ਼ਹਾਦਤ, ਇਹ ਜਿਹੜੇ ਦੋਨੋਂ ਸ਼ਬਦ ਹਨ ਧਾਰਮਿਕ ਜਗਤ ਦੇ ਵਿੱਚ ਇਹਦਾ ਇੱਕ ਬਹੁਤ ਵੱਡਾ ਅਸਥਾਨ ਹੈ, ਮਹੱਤਵ ਹੈ ਅਤੇ ਬੜੇ ਸਤਿਕਾਰਯੋਗ ਸ਼ਬਦ ਨੇ। ਹਰ ਕੌਮਾਂ ਆਪਣੇ ਆਪਣੇ ਕੌਮੀ ਪੱਧਰ 'ਤੇ ਇਹਨਾਂ ਸ਼ਬਦਾਂ ਦਾ ਸਤਿਕਾਰ ਕਰਦੇ ਨੇ ਅਤੇ ਇਹਨਾਂ ਸ਼ਬਦਾਂ ਦੀ ਵਿਆਖਿਆ ਕਰਦੇ ਨੇ। ਜ਼ਰੂਰੀ ਨਹੀਂ ਹੈਗਾ ਕਿ ਸਾਰੀਆਂ ਕੌਮਾਂ ਦੀ ਸੋਚ ਇੱਕੋ ਵਰਗੀ ਹੋਵੇ। ਸ਼ਹੀਦ ਅਤੇ ਸ਼ਹਾਦਤ, ਇਹ ਜਿਹੜੇ ਦੋਨੋਂ ਸ਼ਬਦ ਨੇ, ਸ਼ਹੀਦ ਅਤੇ ਸ਼ਹਾਦਤ, ਇਹ ਅਰਬੀ ਭਾਸ਼ਾ ਦੇ ਸ਼ਬਦ ਨੇ। ਅਰਥਾਤ ਇਹ ਦੋਨਾਂ ਸ਼ਬਦਾਂ ਦਾ ਜਨਮ ਇਸ ਦੇਸ਼ ਵਿੱਚ ਨਹੀਂ ਹੋਇਆ। ਨਾ ਤਾਂ ਇਹ ਹਿੰਦੀ ਦੇ ਸ਼ਬਦ ਨੇ, ਨਾ ਸੰਸਕ੍ਰਿਤ ਦੇ, ਨਾ ਪੰਜਾਬੀ ਦੇ, ਨਾ ਅੰਗਰੇਜ਼ੀ ਦੇ, ਇਹ ਅਰਬੀ ਭਾਸ਼ਾ ਦੇ ਸ਼ਬਦ ਹਨ। ਸ਼ਹਾਦਤ ਦੇ ਜਿਹੜੇ ਅੱਖਰੀ ਅਰਥ ਹਨ ਉਹ ਹੈਗਾ ਗਵਾਹੀ। ਸ਼ਹੀਦ ਦੇ ਅੱਖਰੀ ਅਰਥ ਨੇ ਗਵਾਹੀ ਦੇਣ ਵਾਲਾ। ਆਪਾਂ ਕਹਿੰਦੇ ਨੇ ਸ਼ਹੀਦ ਅਤੇ ਸ਼ਹਾਦਤ। ਸ਼ਹੀਦ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ, ਅਤੇ ਜਿਸ ਦਿਨ ਮਹਾਰਾਜ ਸ਼ਹੀਦ ਹੋਏ ਉਸ ਦਿਨ ਨੂੰ ਸ਼ਹਾਦਤ ਆਖਿਆ ਜਾਂਦਾ ਹੈ। ਅਰਥਾਤ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਸੰਸਾਰ 'ਤੇ ਮਨੁੱਖਤਾ ਦਾ ਦੀਨ ਬਚਾਉਣ ਦੇ ਲਈ, ਧਰਮ ਬਚਾਉਣ ਦੇ ਲਈ, ਉਹਨਾਂ ਨੂੰ ਅਨਿਆਏ ਤੋਂ ਬਚਾਉਣ ਦੇ ਲਈ ਗਵਾਹੀ ਨੇ, ਗਵਾਹੀ ਦੇਣ ਵਾਲੇ ਨੇ। ਅਤੇ ਜਿਸ ਦਿਨ ਮਹਾਰਾਜ ਸ਼ਹੀਦ ਹੋਏ, ਮਹਾਰਾਜ ਜੀ ਦੀ ਸ਼ਹੀਦੀ ਇਸ ਗੱਲ ਦੀ ਗਵਾਹੀ ਹੈ। ਦੀਨ ਦੁਖੀ ਦੀਨ ਦੁਨੀ ਦੀ ਰੱਖਿਆ, ਸੱਤ ਧਰਮ ਦੇ ਪ੍ਰਕਾਸ਼ ਲਈ ਸਿਰ 'ਤੇ ਆ ਕੇ ਬਣੀ ਭੀੜ ਦਾ ਡਟ ਕੇ ਮੁਕਾਬਲਾ ਕਰਨਾ ਅਤੇ ਪੈਰ ਪਿੱਛੇ ਨਾ ਪਾਉਣਾ, ਭਾਵੇਂ ਇਹ ਸੇਵਾ ਕਰਦਿਆਂ ਕਰਦਿਆਂ ਬੰਦ ਬੰਦ ਕਟਾ ਕੇ ਸਰੀਰ ਤਿਆਗਣ ਦੀ ਨੌਬਤ ਕਿਉਂ ਨਾ ਆ ਜਾਵੇ, ਭਾਵੇਂ ਚਰਖੜੀਆਂ 'ਤੇ ਚੜ੍ਹਨਾ ਪੈ ਜਾਵੇ, ਉਬਲਦੀਆਂ ਦੇਗਾਂ ਦੇ ਵਿੱਚ ਭਾਵੇਂ ਉਬਲਣਾ ਕਿਉਂ ਨਾ ਪੈ ਜਾਵੇ, ਜਿਹੜੇ ਸ਼ਹੀਦ ਹੁੰਦੇ ਆ ਉਹ ਪਿੱਛੇ ਨਹੀਂ ਹਟਦੇ, ਪੈਰ ਪਿੱਛੇ ਨਹੀਂ ਪਾਉਂਦੇ। ਦੀਨ ਦੁਨੀ ਦੀ ਰੱਖਿਆ ਅਤੇ ਸੱਤ ਧਰਮ ਦੇ ਪ੍ਰਕਾਸ਼ ਲਈ ਜਿਹੜੇ ਐਸੇ ਮਰਜੀਵੜੇ ਹੁੰਦੇ ਨੇ ਉਹ ਆਪਣੇ ਜੀਵਨ ਦੀ ਕੁਰਬਾਨੀ ਦੇ ਦਿੰਦੇ ਆ, ਜਿਹਨੂੰ ਅਸੀਂ ਸ਼ਹਾਦਤ ਕਹਿ ਦਿੰਦੇ ਹਾਂ। ਬਾਣੀ ਦੇ ਵਿੱਚ ਬੜਾ ਪਾਵਨ ਬਚਨ ਹੈ, ਸੂਰਾਂ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਜੀਵਨ ਦੇ ਵਿੱਚ ਜੋ ਮਰਜ਼ੀ ਹੋ ਜਾਵੇ ਪਿੱਛੇ ਪੈਰ ਨਹੀਂ ਪਾਉਣਾ। ਸ਼ਹੀਦ ਨਿਰਮਲ ਆਤਮਾ ਅਤੇ ਤੀਖਣ ਬੁੱਧੀ ਵਾਲੇ ਹੋਣ ਕਰਕੇ ਜਦੋਂ ਸੱਚ ਅਤੇ ਨਿਆਏ ਦੇ ਹੱਕ ਦੇ ਵਿੱਚ ਆਵਾਜ਼ ਉਠਾਉਂਦੇ ਨੇ, ਗਵਾਹੀ ਦਿੰਦੇ ਹਨ, ਤਾਂ ਝੂਠੇ ਅਤੇ ਜਿਹੜੇ ਅੰਧ ਵਿਸ਼ਵਾਸੀ ਲੋਕ ਹੁੰਦੇ ਨੇ ਨਾ, ਉਹ ਵਿਰੋਧ ਵਿੱਚ ਆ ਜਾਂਦੇ ਹੈ। ਹੁਣ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ, ਉਬਲਦੀ ਦੇਗ ਦੇ ਵਿੱਚ ਉਬਾਲਿਆ ਗਿਆ, ਸੀਸ 'ਤੇ ਬਿਲਕੁਲ ਤੱਤਾ ਅੱਗ ਤੋਂ ਵੀ ਵੱਧ ਗਰਮ ਰੇਤਾ ਪਾਇਆ ਗਿਆ,
ਮਹਾਰਾਜ ਦਾ ਕੀ ਕਸੂਰ? ਕਿਉਂਕਿ ਸਜ਼ਾ ਤਾਂ ਹਮੇਸ਼ਾ ਕਸੂਰ ਵਾਲੇ ਨੂੰ ਮਿਲਦੀ ਹੈ ਨਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸੱਚ ਦੀ ਗੱਲ ਉਹਨਾਂ ਲੋਕਾਂ ਨੂੰ ਆਖੀ ਜਿਹੜੇ ਕਿ ਝੂਠ 'ਤੇ ਤੁਰ ਨਹੀਂ ਸੀ ਰਹੇ ਬਲਕਿ ਝੂਠ ਦਾ ਪ੍ਰਚਾਰ ਕਰ ਰਹੇ ਸਨ, ਜਿਨ੍ਹਾਂ ਨੇ ਅੰਧ ਵਿਸ਼ਵਾਸ ਨੂੰ ਵਿਸ਼ਵਾਸ ਬਣਾ ਲਿਆ ਸੀ, ਅਧਰਮ ਨੂੰ ਧਰਮ ਸਮਝਦੇ ਸਨ, ਜ਼ੁਲਮ ਨੂੰ ਪਰਉਪਕਾਰਤਾ, ਨਿਆਏ ਅਤੇ ਹਮਦਰਦੀ ਸਮਝਦੇ ਸਨ। ਅਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਆਵਾਜ਼ ਚੁੱਕੀ, ਆਮ ਲੋਕ ਜਿਨ੍ਹਾਂ 'ਤੇ ਤਸ਼ੱਦਦ ਹੋ ਰਿਹਾ ਸੀ ਉਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਫੋਲੋ ਕਰਨ ਲੱਗ ਪਏ, ਜਿਹੜੇ ਭਰਮਾਂ ਦੇ ਵਿੱਚ ਧਰਮ ਦੇ ਨਾਮ 'ਤੇ ਪਾਏ ਗਏ ਸਨ ਉਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਫੋਲੋ ਕਰਨ ਲੱਗ ਪਏ। ਹੁਣ ਜਿਹੜੇ ਜ਼ਾਲਮ ਲੋਕ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕੇ, ਅੰਧ ਵਿਸ਼ਵਾਸ ਫੈਲਾਉਣ ਵਾਲੇ ਲੋਕ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕੇ, ਇਸ ਕਰਕੇ ਮਹਾਰਾਜ ਦਾ ਵਿਰੋਧ ਹੋ ਗਿਆ। ਜਿਵੇਂ ਅੰਨਿਆਂ ਦੀ ਭੀੜ ਦੇ ਵਿੱਚ ਚਸ਼ਮਾ ਅਤੇ ਸੁਰਮਾ ਵੇਚਣਾ ਨਿਰਾਰਥਕ ਹੈ ਨਾ, ਸੂਰਜ ਨਿਰਾਰਥਕ ਹੈ, ਐਵੇਂ ਜਿਹੜੇ ਅੰਧ ਵਿਸ਼ਵਾਸੀ ਲੋਕ ਹੁੰਦੇ ਆ ਮਰਦੇ ਮਰ ਜਾਣਗੇ, ਬਰਬਾਦ ਹੁੰਦੇ ਹੋ ਜਾਣਗੇ, ਪਰ ਇਹ ਅੰਧ ਵਿਸ਼ਵਾਸ ਨੂੰ ਨਹੀਂ ਤਿਆਗਣਗੇ। ਸ਼ਹੀਦ ਸ਼ਬਦ ਮੁਸਲਮਾਨਾਂ ਦੇ ਰਾਹੀਂ ਹੀ ਸਾਡੇ ਦੇਸ਼ ਦੇ ਵਿੱਚ ਪ੍ਰਚਲਿਤ ਹੋਇਆ ਹੈ। ਜਿਵੇਂ ਪਹਿਲਾਂ ਬੇਨਤੀ ਕਰ ਚੁੱਕੇ ਹਾਂ ਕਿ ਇਹ ਇਸ ਦੇਸ਼ ਦਾ ਸ਼ਬਦ ਨਹੀਂ ਹੈਗਾ, ਪਰ ਹੁਣ ਮੁਸਲਮਾਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵਿੱਚ ਸ਼ਹੀਦ ਅਤੇ ਸ਼ਹਾਦਤ ਇਹਨਾਂ ਦੇ ਅਰਥ ਹੀ ਬਦਲ ਗਏ ਹਨ। ਉਹਨਾਂ ਨੇ ਸ਼ਹਾਦਤ ਦੇ ਅਰਥ ਆਮ ਤੌਰ 'ਤੇ ਹਰ ਭਲੇ ਇਨਸਾਨ ਦੀ ਮੌਤ ਲਈ ਵਰਤ ਲਿਆ। ਜਿਹੜਾ ਵੀ ਆ ਗਿਆ ਮਰ ਗਿਆ ਉਹਨੂੰ ਕਹਿੰਦੇ ਸ਼ਹਾਦਤ ਹੋ ਗਈ ਜੀ, ਸ਼ਹੀਦ ਹੋ ਗਿਆ ਜੀ, ਭਾਵੇਂ ਕੋਈ ਬਿਮਾਰੀ ਨਾਲ ਮਰ ਗਿਆ, ਐਕਸੀਡੈਂਟ ਨਾਲ ਮਰ ਗਿਆ, ਆਪ 'ਚ ਲੜਦੇ ਹੀ ਮਰ ਗਏ ਨੇ, ਕਹਿੰਦੇ ਜੀ ਸ਼ਹੀਦ ਹੋ ਗਿਆ, ਸ਼ਹਾਦਤ ਪ੍ਰਾਪਤ ਕਰ ਗਿਆ। ਜਦੋਂ ਕਿ ਸ਼ਹੀਦ ਉਹਨੂੰ ਕਿਹਾ ਜਾਂਦਾ ਜਿਹੜਾ ਦੀਨ ਦੁਨੀ ਲੋਕਾਂ ਦੇ ਦੁੱਖ ਨੂੰ ਖਤਮ ਕਰਨ ਦੇ ਲਈ ਆਪਣਾ ਜੀਵਨ ਕੁਰਬਾਨ ਕਰੇ, ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ, ਜਿਹੜਾ ਸੱਚ ਧਰਮ ਦੇ ਵਾਸਤੇ ਚੱਲੇ ਅਤੇ ਜਿਹੜੇ ਝੂਠ 'ਤੇ ਚੱਲ ਰਹੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਡਟ ਕੇ ਖੜਾ ਹੋਵੇ ਉਹ ਸ਼ਹੀਦ ਹੈ। ਐਵੇਂ ਨਹੀਂ ਕਿ ਹਰ ਕੋਈ ਭਲਾ ਬੰਦਾ, ਕੋਈ ਚੰਗਾ ਬੰਦਾ ਬਿਮਾਰੀ ਨਾਲ ਮਰ ਗਿਆ, ਨੈਚੁਰਲ ਡੈਥ ਹੋ ਗਈ, ਕਹਿੰਦੇ ਸ਼ਹੀਦ ਨਾ। ਪਰ ਮੁਸਲਮਾਨਾਂ ਦੇ ਵਿੱਚ ਜ਼ਿਆਦਾਤਰ ਐਸਾ ਹੋ ਰਿਹਾ, ਗੁਸਤਾਖੀ ਮਾਫ ਕਰਨਾ। ਹਿੰਦੂਆਂ ਦੇ ਪੁਰਾਣੇ ਇਤਿਹਾਸ ਵਿੱਚ ਸ਼ਹੀਦ ਅਤੇ ਸ਼ਹਾਦਤ ਇਹਨਾਂ ਦੋਨੇ ਲਫਜ਼ਾਂ ਦਾ ਕੋਈ ਵੀ ਜ਼ਿਕਰ ਕਿਸੇ ਪਾਸੇ ਨਹੀਂ ਆਇਆ ਗਾ। ਸ਼ਹੀਦ ਦੇ ਕੁਝ ਹੋਰ ਲੱਛਣ ਵੀ ਸਿੱਖੀ ਵਿੱਚ ਮੰਨੇ ਜਾਂਦੇ ਆ। ਜਿਹੜਾ ਸ਼ਹੀਦ ਹੁੰਦਾ ਨਾ ਉਹਦੇ ਵਿੱਚ ਵੈਸੇ ਤਾਂ ਬਹੁਤ ਗੁਣ ਹੁੰਦੇ ਆ, ਪਰ ਮੁੱਖ ਰੂਪ ਦੇ ਵਿੱਚ ਉਹਦੇ ਦੋ ਗੁਣ ਹੁੰਦੇ ਆ, ਇੱਕ ਸਬਰ ਅਤੇ ਇੱਕ ਸਿਦਕ। ਜਿਹਦੇ ਵਿੱਚ ਸਬਰ ਅਤੇ ਸਿਦਕ ਨਹੀਂ ਹੈਗਾ ਉਹ ਸ਼ਹੀਦ ਹੋ ਹੀ ਨਹੀਂ ਸਕਦਾ, ਉਹ ਸ਼ਹਾਦਤ ਦੇ ਰਸਤੇ 'ਤੇ ਚੱਲ ਹੀ ਨਹੀਂ ਸਕਦਾ। ਉਹ ਕਿਸੇ ਆਸ਼ੇ ਵਾਸਤੇ, ਕਿਸੇ ਵਿਚਾਰ ਵਾਸਤੇ, ਕਿਸੇ ਵੀ ਕਰਮ ਦੇ ਲਈ ਕੁਰਬਾਨੀ ਦੇ ਹੀ ਨਹੀਂ ਸਕਦਾ ਜਿਹਦੇ ਵਿੱਚ ਦੋ ਗੁਣ ਨਹੀਂ ਹੈਗੇ। ਸਿਦਕ ਅਤੇ ਕੁਰਬਾਨੀ ਤਾਂ ਸ਼ਹੀਦ ਦੀ ਬੁਨਿਆਦ ਹੈ, ਪਰ ਸਬਰ ਦੀ ਵੀ ਬੜੀ ਲੋੜ ਹੈ। ਆਮ ਸੰਸਾਰੀ ਜੀਵ ਤੁਰਤ ਘਬਰਾ ਜਾਂਦਾ, ਤੰਗ ਆ ਜਾਂਦਾ, ਅੱਕ ਕੇ ਕਈ ਵਾਰ ਆਪਣਾ ਰਾਹ ਛੱਡ ਦਿੰਦਾ, ਪਰ ਸ਼ਹੀਦ ਬੜੇ ਸਬਰ ਵਾਲਾ ਹੁੰਦਾ।
ਜੀਵਨ ਦੇ ਵਿੱਚ ਉਤਾਰ ਚੜਾ ਆਇਆ, ਜਿਹੜੇ ਆਮ ਲੋਕ ਨੇ ਘਬਰਾ ਗਏ। ਜੇ ਰਸਤਾ ਸਹੀ ਹੈਗਾ ਉਹ ਸਹੀ ਰਸਤੇ ਨੂੰ ਤਿਆਗ ਦਿੰਦੇ ਆ, ਮੈਦਾਨ ਛੱਡ ਕੇ ਭੱਜ ਜਾਂਦੇ ਆ, ਕਿਉਂਕਿ ਉਹਨਾਂ ਦੇ ਵਿੱਚ ਸਬਰ ਨਹੀਂ ਹੈਗਾ, ਸਿਦਕ ਨਹੀਂ ਹੈਗਾ। ਪਰ ਜਿਹੜੇ ਧਰਮ 'ਤੇ ਚੱਲਣ ਵਾਲੇ ਆ, ਬੜੇ ਠਰੰਮੇ ਵਾਲੇ ਹੁੰਦੇ ਆ। ਮੁਗਲਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਘੇਰਾ ਪਾ ਲਿਆ ਸ਼੍ਰੀ ਅਨੰਦਪੁਰ ਸਾਹਿਬ 'ਚ। ਪਹਿਲਾਂ ਤਾਂ ਲੜਾਈ ਚੱਲਦੀ ਰਹੀ ਕਿੰਨੇ ਮਹੀਨੇ, ਫਿਰ 8 ਮਹੀਨੇ ਦਾ ਘੇਰਾ ਲਗਾਤਾਰ, ਰਾਸ਼ਨ ਪਾਣੀ ਅੰਦਰ ਨਹੀਂ ਜਾ ਰਿਹਾ, ਕਿਸੇ ਚੀਜ਼ ਦੀ ਸਪਲਾਈ ਨਹੀਂ ਅੰਦਰ ਜਾ ਰਹੀ, ਕੋਈ ਸੰਗਤ ਕੋਈ ਸਿੱਖ ਨਹੀਂ ਅੰਦਰ ਜਾ ਰਿਹਾ, ਬਲਕਿ ਜਿਹੜੇ ਅੰਦਰ ਨੇ ਸ਼ਹਾਦਤ ਪ੍ਰਾਪਤ ਕਰਦੇ ਮੈਦਾਨੇ ਜੰਗ ਦੇ ਵਿੱਚ ਲੜ ਲੜ ਕੇ। ਇਤਨਾ ਜ਼ਿਆਦਾ ਜੀਵਨ ਦੇ ਵਿੱਚ ਉਤਾਰ ਆ ਗਿਆ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਮਜਾਲ ਹੈ ਕਿ ਮਹਾਰਾਜ ਦੇ ਸਬਰ ਦਾ ਬੰਨ੍ਹ ਟੁੱਟਿਆ ਹੋਵੇ? ਨਾ ਜੀ ਨਾ, ਸਬਰ ਬਹੁਤ ਵੱਡਾ, ਸਿਦਕ ਪਰਮਾਤਮਾ 'ਤੇ ਹੈ। ਸ਼ਹੀਦ ਦਾ ਜਿਹੜਾ ਸਬਰ ਦਾ ਗੁਣ ਹੈ ਨਾ, ਉਹਦੇ ਤੋਂ ਉਹ ਕੰਮ ਕਰਾ ਦਿੰਦਾ ਜਿਸ ਕੰਮ ਬਾਰੇ ਕਦੇ ਸੋਚਿਆ ਨਹੀਂ ਹੁੰਦਾ ਉਹਨੇ ਖੁਦ ਵੀ। ਸ਼ਹੀਦ ਦੇ ਨੇੜੇ ਦੋ ਔਗਣ ਨਹੀਂ ਆ ਸਕਦੇ, ਇੱਕ ਭਰਮ ਅਤੇ ਦੂਜਾ ਡਰ। ਜਿਹੜਾ ਭਰਮ ਦੇ ਵਿੱਚ ਪੈ ਗਿਆ ਉਹ ਮਨੁੱਖ ਸ਼ਹਾਦਤ ਪ੍ਰਾਪਤ ਕਰ ਹੀ ਨਹੀਂ ਸਕਦਾ, ਅਤੇ ਜਿਹੜਾ ਡਰ ਗਿਆ ਉਹ ਕਿਸੇ ਗੱਲ ਲਈ ਡਟ ਹੀ ਨਹੀਂ ਸਕਦਾ। ਬਾਬਾ ਰਾਮ ਰਾਏ ਡਰ ਗਏ, ਇਸ ਕਰਕੇ ਧਰਮ ਦਾ ਰਸਤਾ ਤਿਆਗ ਗਏ। ਬਹੁਤੇ ਲੋਕ ਧਰਮ 'ਤੇ ਚੱਲਦੇ ਜ਼ਰੂਰ ਨੇ, ਪਰ ਭਰਮਾਂ ਦੇ ਵਿੱਚ ਪੈ ਕੇ ਧਰਮ ਤੋਂ ਦੂਰ ਚਲੇ ਜਾਂਦੇ ਆ, ਡਰ ਜਾਂਦੇ ਆ। ਜਿਹੜੇ ਸ਼ਹੀਦ ਹੁੰਦੇ ਨੇ ਨਾ, ਉਹਨਾਂ ਦੇ ਵਿੱਚ ਜਿਵੇਂ ਦੋ ਗੁਣ ਨੇ ਸਬਰ ਅਤੇ ਸਿਦਕ, ਐਵੇਂ ਦੋ ਔਗਣ ਨੇ ਨਾ ਗੁਰੂ ਪਿਆਰੇ ਸਾਹ ਸੰਗਤ ਜੀ, ਉਹਨਾਂ ਦੇ ਨੇੜੇ ਆ ਹੀ ਨਹੀਂ ਸਕਦੇ, ਔਗਣਾਂ ਤੋਂ ਪਰੇ ਨੇ। ਇਸ ਲਈ ਸ਼ਹੀਦ ਇਹਨਾਂ ਦੋਨਾਂ ਗੱਲਾਂ ਦਾ ਤਿਆਗੀ ਹੁੰਦਾ, ਚੰਗੇ ਖਿਆਲਾਂ ਅਤੇ ਚੰਗੇ ਅਮਲਾਂ ਵਾਲੇ ਨੂੰ ਦੁਨੀਆਂ ਦੇ ਵਿੱਚ ਕੁਰਬਾਨੀ ਦੇਣੀ ਪੈਂਦੀ ਹੈ। ਸੁਕਰਾਤ ਨੇ ਬੜਾ ਹੀ ਸੋਹਣਾ ਕਿਹਾ ਕਿ ਦਾਨਾ ਆਦਮੀ ਸਾਰੀ ਉਮਰ ਤਿਆਰੀ ਕਰਦਾ ਰਹਿੰਦਾ, ਅਤੇ ਜੇ ਮੌਤ ਦੇ ਆਉਣ 'ਤੇ ਉਹ ਸ਼ੋਕ ਪ੍ਰਗਟ ਕਰੇ ਨਾ, ਤਾਂ ਉਹ ਦਾਨਾ ਨਹੀਂ, ਉਹ ਅਸਲ ਦੇ ਵਿੱਚ ਮੂਰਖ ਗਿਣਿਆ ਜਾਂਦਾ, ਮੌਤ ਨੂੰ ਵੇਖ ਕੇ ਡਰ ਗਿਆ। ਡਰਾਇਆ ਗਿਆ ਗੁਰੂ ਕੇ ਸਿੱਖਾਂ ਨੂੰ ਕਿ ਤੁਸੀਂ ਧਰਮ ਛੱਡ ਦਿਓ, ਸੱਚ ਛੱਡ ਦਿਓ, ਸਾਡੇ ਅਕੋਰਡਿੰਗ ਚੱਲੋ, ਤੁਹਾਨੂੰ ਮਾਰ ਦਿਆਂਗੇ। ਗੁਰੂ ਕੇ ਸਿੱਖ ਮੁਸਕਰਾਉਂਦੇ ਆ, ਕਹਿੰਦੇ ਕਿਸ ਮੌਤ ਦੀ ਗੱਲ ਕਰਦਾ, ਜਿਸ ਮੌਤ ਤੋਂ ਤੂੰ ਡਰਦਾ, ਤੂੰ ਲੋਕਾਂ ਨੂੰ ਡਰਾ ਰਿਹਾ, ਮੋਹੇ ਮਰਨੇ ਕਾ ਚਾਓ ਹੈ, ਮੈਨੂੰ ਕੋਈ ਫਰਕ ਹੀ ਨਹੀਂ ਪੈਂਦਾ, ਤੂੰ ਮੈਨੂੰ ਡਰਾ ਰਿਹਾ, ਅਸੀਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਤੂੰ ਸਾਨੂੰ ਮੌਤ ਤੋਂ ਡਰਾ ਰਿਹਾ, ਬਲਕਿ ਜਦੋਂ ਅਸੀਂ ਗੁਰੂ ਦੀ ਸਿੱਖੀ ਧਾਰਨ ਕੀਤੀ, ਸਾਡੇ ਗੁਰੂ ਨੇ ਸਾਨੂੰ ਹੁਕਮ ਕੀਤਾ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਜੇ ਅਸੀਂ ਮੌਤ ਤੋਂ ਡਰਦੇ, ਅਸੀਂ ਗੁਰੂ ਦੇ ਸਿੱਖ ਕਿਉਂ ਬਣਦੇ? ਅਸੀਂ ਤਾਂ ਸਿਰ ਦੇ ਕੇ ਸਿੱਖੀ ਲਈ ਹੈ। ਅਤੇ ਜਿਹੜੇ ਸੰਸਾਰੀ ਲੋਕ ਹੁੰਦੇ ਆ, ਭਾਵੇਂ ਧਰਮ ਦੇ ਬਾਣੇ ਪਹਿਣਦੇ ਆ, ਧਰਮ ਦੀਆਂ ਗੱਲਾਂ, ਧਰਮ ਦੇ ਕਰਮ ਕਰਦੇ ਆ, ਅਗਰ ਮੌਤ ਦੇ ਆਉਣ 'ਤੇ ਉਹ ਡਰ ਗਏ, ਸ਼ੋਕ ਪ੍ਰਗਟ ਕੀਤਾ, ਕਿਸੇ ਵੀ ਤਰ੍ਹਾਂ ਭਰਮ 'ਚ ਪੈ ਗਏ, ਉਹ ਮੂਰਖ ਹੀ ਨੇ। ਸ਼ਹੀਦ ਆਤਮਾ ਮੌਤ ਆਉਣ 'ਤੇ ਕਦੀ ਵੀ ਨਹੀਂ ਘਬਰਾਉਂਦਾ, ਸਗੋਂ ਆਪਣੇ ਆਦਰਸ਼ ਲਈ ਆਈ ਮੌਤ ਦਾ ਸਵਾਗਤ ਕਰਦਾ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਹਾ ਗਿਆ, ਤੁਸੀਂ ਆਪਣੀ ਗਲਤੀ ਮੰਨੋ, ਤੁਸੀਂ ਖੁਸਰੋ ਦੀ ਮਦਦ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੁਝ ਤੁੱਕਾਂ ਤੁਸੀਂ ਬਦਲ ਦਿਓ,
ਮਹਾਰਾਜ ਬਿਲਕੁਲ ਨਹੀਂ ਮੰਨੇ। ਹੁਣ ਮਹਾਰਾਜ ਸਾਹਮਣੇ ਦੋਨਾਂ ਦੇ ਵਿੱਚੋਂ ਇੱਕ ਰਸਤਾ ਚੁਣਨਾ ਸੀ, ਇੱਕ ਤਾਂ ਸੱਚ 'ਤੇ ਚੱਲਦੇ ਰਹਿੰਦੇ, ਦੂਜਾ ਸੱਚ ਨੂੰ ਛੱਡ ਕੇ ਝੂਠ। ਗੁਰੂ ਅਰਜਨ ਦੇਵ ਮਹਾਰਾਜ ਨੇ ਸੱਚ 'ਤੇ ਚੱਲਣਾ ਹੀ ਮਨਜ਼ੂਰ ਕੀਤਾ, ਆਪਣੇ ਸਰੀਰ 'ਤੇ ਤਸੀਹੇ ਕਸ਼ਟ ਸਹਿ ਸਹਿ ਕੇ ਸ਼ਹਾਦਤ ਦੇ ਦਿੱਤੀ। ਕਿਸੇ ਨੂੰ ਮਾਰ ਦਿੱਤਾ ਜਾਏ, ਕਿਸੇ ਨੂੰ ਕੈਦ ਦੇ ਵਿੱਚ ਪਾ ਦਿੱਤਾ ਜਾਏ, ਪਰ ਉਹ ਸਾਧ ਸੰਗਤ ਜੀ ਝੁਕੇ ਨਾ ਮਨੋ, ਤਾਂ ਉਹ ਜੇਤੂ ਹੈਗਾ, ਬਲਕਿ ਮਾਰਨ ਵਾਲਾ ਅਤੇ ਕੈਦ ਦੇ ਵਿੱਚ ਪਾਉਣ ਵਾਲਾ, ਜ਼ੁਲਮ ਦੇਣ ਵਾਲਾ, ਉਹ ਹਾਰ ਜਾਂਦਾ ਹੈਗਾ। ਜਦ ਮਨਸੂਰ ਸੂਲੀ 'ਤੇ ਚੜ੍ਹਨ ਲੱਗਾ ਤਾਂ ਕਿਸੇ ਨੇ ਪੁੱਛਿਆ ਇਹ ਕੀ ਹੈ। ਮਨਸੂਰ ਨੇ ਸਮਝਾਇਆ ਕਿ ਇਸ਼ਕ ਦੀ ਨਵਾਜ਼ ਪੜ੍ਹਨ ਦੇ ਲਈ ਜਿਹੜਾ ਵਜ਼ੂ ਹੁੰਦਾ ਨਾ, ਵਜ਼ੂ ਕਰਦੇ ਹਾਂ, ਜਿਵੇਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਹੱਥ ਪੈਰ ਧੋਂਦੇ ਹਾਂ। ਮੁਸਲਮਾਨ ਵੀਰ ਨਵਾਜ਼ ਪੜ੍ਹਨ ਤੋਂ ਪਹਿਲਾਂ ਹੱਥ ਪੈਰ ਧੋਂਦੇ ਆ, ਉਹਨੂੰ ਵਜ਼ੂ ਕਹਿੰਦੇ ਆ, ਪੰਜ ਇਸ਼ਨਾਨਾ। ਕਹਿੰਦੇ ਇਸ਼ਕ ਦੀ ਨਵਾਜ਼ ਪੜ੍ਹਨ ਦੇ ਲਈ ਵਜ਼ੂ ਜਿਹੜਾ ਪਾਣੀ ਨਾਲ ਨਹੀਂ ਬਲਕਿ ਖੂਨ ਦੇ ਨਾਲ ਕੀਤਾ ਜਾਂਦਾ ਹੈ। ਇਹ ਬੜੀ ਸੱਚਾਈ ਹੈ ਬਾਬਾ ਜੀ। ਜਿਤਨੀਆਂ ਵੀ ਕੁਰਬਾਨੀਆਂ ਹੋਈਆਂ ਉਹ ਸਭ ਇਸ ਦੀ ਪ੍ਰੋੜਤਾ ਕਰਦੀਆਂ। ਦੇਸ਼ ਪਿਆਰ ਦੇ ਵਿੱਚ ਜਾਗਿਆ ਤਾਂ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਵਰਗਿਆਂ ਨੇ ਅਨੇਕਾਂ ਨੇ ਦੇਸ਼ ਦੇ ਵਾਸਤੇ, ਪਿਆਰ ਵਾਸਤੇ ਕੁਰਬਾਨੀਆਂ ਦੇ ਦਿੱਤੀਆਂ, ਜਾਨਾਂ ਵਾਰਤੀਆਂ। ਡਾਕਟਰੀ ਅਸੂਲ ਹੈ ਕਿ ਜਿਸ ਮਰੀਜ਼ ਦਾ ਖੂਨ ਮੁੱਕਦਾ ਜਾਏ ਜਾਂ ਬਹੁਤਾ ਖੂਨ ਖਰਾਬ ਹੋ ਜਾਏ, ਖੂਨ ਤਾਂ ਹੀ ਮੁੱਕਦਾ ਜੇ ਤਾਜ਼ਾ ਅਤੇ ਨਰੋਆ ਖੂਨ ਨਹੀਂ ਬਣਦਾ। ਹੁਣ ਕਿਡਨੀਆਂ ਸਾਡਾ ਖੂਨ ਸਾਫ਼ ਕਰਦੀਆਂ, ਕਿਡਨੀਆਂ ਖੂਨ ਸਾਫ਼ ਨਹੀਂ ਕਰ ਸਕਦੀਆਂ, ਸੈੱਲ ਖੂਨ ਨਹੀਂ ਬਣਾ ਸਕਦੇ, ਤਾਂ ਫਿਰ ਉਸ ਮਰੀਜ਼ ਨੂੰ ਤਾਜ਼ਾ ਅਤੇ ਨਰੋਆ ਖੂਨ ਮਸ਼ੀਨਾਂ ਰਾਹੀਂ ਦਿੱਤਾ ਜਾਂਦਾ, ਤਾਂ ਹੀ ਉਹ ਕੁਝ ਸਮੇਂ ਲਈ ਜਿਉਂਦਾ ਰਹਿ ਸਕਦਾ। ਅਗਰ ਖੂਨ ਮੁੱਕਦਾ ਜਾ ਰਿਹਾ, ਖੂਨ ਖਰਾਬ ਹੋ ਰਿਹਾ, ਤਾਜ਼ਾ ਖੂਨ ਨਹੀਂ ਮਿਲਿਆ, ਤਾਂ ਮਰ ਜਾਏਗਾ। ਇਹੀ ਜਿਹੜੀ ਹਾਲਾਤ ਹੈ ਨਾ, ਇਹ ਕੌਮਾਂ ਦੀ ਹੁੰਦੀ ਹੈ। ਜਦੋਂ ਕੌਮ ਦੇ ਵਿੱਚ ਗੁਲਾਮੀ ਆ ਜਾਵੇ, ਬੇਅਣਖੀ ਆ ਜਾਵੇ, ਬੇਹਿੰਮਤੀ ਆ ਜਾਵੇ, ਨਿਕੰਮਾਪੁਣ ਹੋ ਜਾਵੇ, ਤਾਂ ਸਮਝੋ ਇਹ ਕੌਮ ਹੈ ਨਾ ਜਿਹੜੀ ਬਿਮਾਰ ਹੋ ਗਈ ਹੈ। ਗੁੱਸਾ ਕੀ ਮਾਫ਼ ਕਰਨਾ। ਤਾਂ ਫਿਰ ਜਿਵੇਂ ਮਰੀਜ਼ ਦੇ ਸਰੀਰ ਦੇ ਵਿੱਚ ਜਿਹੜੀਆਂ ਨੜਾਂ ਨੇ, ਨਾੜੀਆਂ ਨੇ, ਉਹਦੇ ਵਿੱਚ ਖੂਨ ਪਾਇਆ ਜਾਂਦਾ, ਐਵੇਂ ਕੌਮ ਦੀਆਂ ਨਾੜੀਆਂ ਕੀ ਨੇ? ਉਹਦੀ ਸੋਚ, ਉਹਦੀ ਸੋਚ ਦੇ ਵਿੱਚ ਨਵੀਂ ਜ਼ਿੰਦਗੀ ਭਰਨ ਦੇ ਲਈ ਉੱਚ ਵਿਚਾਰ, ਉੱਚ ਆਦਰਸ਼, ਸ਼ਹੀਦਾਂ ਦਾ ਖੂਨ ਹੀ ਸਿੰਜਿਆ ਜਾਂਦਾ। ਮੋਈਆਂ ਹੋਈਆਂ ਕੌਮਾਂ ਸ਼ਹੀਦਾਂ ਕੋਲੋਂ ਹੀ ਜੀਵਨ ਪ੍ਰਾਪਤ ਕਰਦੀਆਂ। ਸ਼ਹੀਦਾਂ ਦੀਆਂ ਹੱਡੀਆਂ ਦੀ ਬੁਨਿਆਦ 'ਤੇ ਹਮੇਸ਼ਾ ਕੌਮੀ ਜੀਵਨਾਂ ਦੇ ਮਹੱਲ ਉਸਰਦੇ ਨੇ। ਕਵੀ ਲਿਖਦਾ ਹੈ, ਡੁੱਲੇ ਜਾਂ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪੜ ਲੈਂਦੇ ਜਾ, ਤਸਵੀਰ ਬਦਲਦੀ ਕੌਮਾਂ ਦੀ। ਜਦੋਂ ਸ਼ਹੀਦ ਸ਼ਹਾਦਤ ਦਿੰਦੇ ਹੈ, ਅਧਰਮੀ ਜ਼ਾਲਮ ਲੋਕਾਂ ਦੇ ਵਿਰੁੱਧ ਖੜਦੇ ਹੈ, ਅਤੇ ਉਹਨਾਂ ਦੇ ਵਿਰੁੱਧ ਲੋਕਾਂ ਦੇ ਵਿੱਚ ਜੀਵਨ ਸੰਚਾਰ 'ਤੇ ਸਦੀਆਂ ਵਿੱਚੋਂ ਭਾਰਤ ਵਰਸ਼ ਦੇ ਉਹ ਰੂਹਾਂ ਵੀ ਤੱਕੀ, ਜੋ ਜ਼ੁਲਮ ਅਤੇ ਅਨਿਆਏ ਦੇ ਹੜ੍ਹ ਵਿਰੁੱਧ ਪਹਾੜ ਦੀ ਨਿੱਕੀ ਜਿਹੀ ਚਟਾਨ ਵਾਂਗ ਡਟ ਕੇ ਖੜ੍ਹ ਗਈ। ਇਸ ਮਗਰੋਂ ਸ਼ਹਾਦਤ ਦਾ ਦਫ਼ਤਰ ਹੀ ਖੁੱਲ੍ਹ ਗਿਆ। ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਹਾਦਤ ਦਿੱਤੀ, ਨੌਵੇਂ ਮਹਾਰਾਜ ਨੇ ਸ਼ਹਾਦਤ ਦਿੱਤੀ। ਜਦੋਂ ਸਿੰਘਾਂ ਨੇ ਸ਼ਹਾਦਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਤਾਂ ਫਿਰ ਦੇਖਾ ਦੇਖੀ ਉਹ ਲੋਕ ਜਿਨ੍ਹਾਂ ਦਾ ਮਨ ਬਿਲਕੁਲ ਵੀ
ਬਹਾਦਰ ਨਹੀਂ ਸੀਗਾ, ਬੇਅਣਖੀ ਸੀ, ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਬਹੂ ਬੇਟੀਆਂ ਘਰ ਵਾਲੀਆਂ ਨੂੰ ਅਤੇ ਮਾਵਾਂ ਨੂੰ ਚੁੱਕ ਕੇ ਲਿਆ ਕੇ ਜਾਇਆ ਜਾਂਦਾ ਸੀ, ਬੇਪੱਤ ਕੀਤਾ ਜਾਂਦਾ ਸੀ, ਕੁਛ ਨਹੀਂ ਸੀ ਕਰ ਸਕਦੇ, ਉਹ ਵੀ ਫਿਰ ਸ਼ੇਰ ਦੇ ਦਿਲ ਵਰਗੇ ਹੌਂਸਲੇ ਵਾਲੇ ਹੋ ਗਏ। ਸਿੱਖ ਸ਼ਹੀਦਾਂ ਦੀ ਇਸ ਕਾਰਵਾਈ ਦਾ ਅਸਰ ਪੂਰੇ ਦੇਸ਼ 'ਤੇ ਪਿਆ। ਪੰਜਾਬ ਦੀ ਸਭ ਤੋਂ ਜ਼ਿਆਦਾ ਦੱਬੀ ਹੋਈ ਧਰਤੀ ਦੀਆਂ ਮੁਰਦਾ ਰੂਹਾਂ ਵਿੱਚ ਜਾਨ ਪੈਣੀ ਆਰੰਭ ਹੋ ਗਈ। ਸਿੱਖ ਖਾਨਦਾਨੀ ਪਿਛੋਕੜ ਵੱਲੋਂ ਤਾਂ ਭਾਰਤ ਦੀ ਪਿਸੀ ਹੋਈ ਬੇਅਣਖੀ ਕੌਮ ਵਿੱਚੋਂ ਹੀ ਹਨ। ਗੁੱਸਾ ਕੀ ਮਾਫ ਕਰਨਾ, ਕਿਉਂਕਿ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ 'ਤੇ ਬਹਿ ਕੇ ਸ਼ਹੀਦ ਹੋ ਗਏ, ਛੇਵੇਂ ਮਾਰਨ ਸ਼ਸਤਰ ਧਾਰੇ, ਫਿਰ ਸੱਤਵੇਂ ਅੱਠਵੇਂ ਨੌਵੇਂ ਮਹਾਰਾਜ ਦਾ ਸਮੇਂ ਆਇਆ, ਫਿਰ ਦਸਵੇਂ ਮਹਾਰਾਜ ਨੇ ਜਦੋਂ ਅੰਮ੍ਰਿਤ ਛਕਾਉਣ ਦੀ ਗੱਲ ਕੀਤੀ, ਅਤੇ ਜਦੋਂ ਪਾਤਸ਼ਾਹ ਨੇ ਅੰਮ੍ਰਿਤ ਛਕਾਉਣ ਦੀ ਗੱਲ ਕੀਤੀ, ਸ਼ਸਤਰ ਧਾਰਨ ਦੀ ਗੱਲ ਕੀਤੀ, ਤਾਂ ਉੱਥੇ ਜਿਹੜੇ ਬੈਠੇ ਸੀ ਨਾ ਸੰਗਤ ਰੂਪ 'ਚ ਲੋਕ, ਕਹਿੰਦੇ ਮਹਾਰਾਜ ਤੁਸੀਂ ਕਿਰਪਾਨ ਫੜਨ ਦੀ ਗੱਲ ਕਰਦੇ ਹੋ, ਅਸੀਂ ਤਾਂ ਚਾਕੂ ਨਹੀਂ ਅੱਜ ਤੱਕ ਕਦੇ ਫੜਿਆ ਗਾ, ਤਿੱਖੇ ਪਾਸੇ 'ਚੋਂ ਕਦੇ ਚਾਕੂ ਨਹੀਂ ਫੜਿਆ, ਜਦੋਂ ਚਾਕੂ ਫੜਦੇ ਹਾਂ ਤਾਂ ਅਸੀਂ ਫੜਦੇ ਲੱਕੜ ਵਾਲੇ ਪਾਸੇ ਹੋ, ਕੋਈ ਚਿੜੀ ਸਾਡੇ ਕੋਲੋਂ ਫੁਰ ਕਰਕੇ ਉੱਡ ਜਾਵੇ ਅਸੀਂ ਤਾਂ ਉਦੋਂ ਡਰ ਜਾਂਦੇ ਹਾਂ। ਤੁਸੀਂ ਸਾਨੂੰ ਕਹਿੰਦੇ ਹੋ ਮੈਦਾਨੇ ਜੰਗ ਵਿੱਚ ਤਲਵਾਰਾਂ ਪਕੜੋ, ਮੈਦਾਨੇ ਜੰਗ ਦੇ ਵਿੱਚ ਗੋਲੇ ਚੱਲਣਗੇ, ਬੰਬ ਬਦੂਖਾ ਚੱਲਣਗੀਆਂ, ਇਹੋ ਜਿਹੇ ਗਰਜਨਾ ਵਿੱਚ ਲੜੋ, ਸਾਡੇ ਵੱਸ ਦਾ ਕੰਮ ਨਹੀਂ ਹੈਗਾ। ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੂ ਨਾ ਪਕੜੀ, ਚਿੜੀ ਉੱਡੇ ਤੇ ਮੈਂ ਡਰ ਜਾਊਂ, ਮੁਗਲੋਂ ਸੇ ਕੈਸੇ ਲੜ ਪਾਊਂ। ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ, ਬੇਅਣਖੀ ਬੇਹਿੰਮਤੀ ਗੁਲਾਮੀ ਦੇ ਸਵਰਾਂ ਵਾਲੀ, ਮਹਾਰਾਜ ਬੀਰ ਰਸ ਦੇ ਵਿੱਚ ਆਏ। ਮਹਾਰਾਜ ਨੇ ਆਪਣੀ ਸ਼੍ਰੀ ਸਾਹਿਬ ਮਿਆਨ ਚੋਂ ਕੱਢੀ ਅਤੇ ਬਚਨ ਕੀਤਾ, ਏਕ ਏਕ ਕੋ ਧਰ ਲੂੰਗਾ ਸ਼ਮਸ਼ੀਰ ਕੇ ਅੱਗੇ, ਦਿਲੋਂ ਸੀਨੋ ਕੋ ਰੱਖ ਦੂੰਗਾ ਚੀਰ ਕੇ ਅੱਗੇ, ਆਜ ਤੱਕ ਦੁਨੀਆ ਝੁਕਤੀ ਦੀ ਤਕਦੀਰ ਕੇ ਅੱਗੇ, ਅਬ ਤਕਦੀਰ ਵੀ ਝੁਕੇਗੀ ਕਲਗੀ ਧਰ ਕੀ ਸ਼ਮਸ਼ੀਰ ਕੇ ਅੱਗੇ। ਇਹ ਸ਼ਹਾਦਤ ਦਾ ਸ਼ਹੀਦਾਂ ਦਾ ਅਸਰ ਪੈਂਦਾ ਸਾਧ ਸੰਗਤ ਜੀ। ਭਾਵੇਂ ਸਿੱਖ ਕੌਮ ਦਾ ਪਿਛੋਕੜ ਜਿਹੜਾ ਨਾ ਭਾਰਤ ਦੀ ਪਿਸੀ ਹੋਈ ਬੇਅਣਖੀ ਹੋਈ ਕੌਮਾਂ ਵਿੱਚੋਂ ਹੀ ਹੈ, ਪਰ ਜਿਸ ਚੀਜ਼ ਨੇ ਇਹਨਾਂ ਨੂੰ ਸੂਰਮਿਆਂ ਦਾ ਸਰਦਾਰ, ਬਲੀਆਂ ਦਾ ਮੋਢੀ ਬਣਾਇਆ ਹੈ, ਉਹ ਸ਼ਹੀਦਾਂ ਦੀ ਸ਼ਹਾਦਤ ਦਾ ਅਸਰ ਹੈ। ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ, ਜਦੋਂ ਵੀ ਕੋਈ ਕਮਜ਼ੋਰੀ ਪੈਦਾ ਹੁੰਦੀ, ਉਦੋਂ ਹੀ ਕੌਮ ਵਿੱਚ ਨਵੀਂ ਰੂਹ ਫੂਕਣ ਲਈ ਫਿਰ ਆਜ਼ਾਦੀ ਹੀ ਇੱਕ ਨਵਾਂ ਪਾਣ ਦਿੱਤੀ ਜਾਂਦੀ, ਚਾੜ੍ਹ ਦਿੱਤੀ ਜਾਂਦੀ ਸੀ। ਸ਼ਹੀਦੀ ਸ਼ਹੀਦ ਨੂੰ ਅਤੇ ਉਸਦੇ ਆਸ਼ੇ ਨੂੰ ਅਮਰ ਕਰ ਦਿੰਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਰੀਰ ਕਰਕੇ ਇੱਥੇ ਨਹੀਂ ਹਨ, ਪਰ ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਦਿਲਾਂ ਦੇ ਵਿੱਚ ਨੇ, ਅਮਰ ਨੇ ਗੇ। ਕੌਮ ਦੀ ਵੱਡੀ ਮਲਕੀਅਤ ਉਹਦੇ ਸ਼ਹੀਦ ਹੁੰਦੇ ਹਨ, ਖਜ਼ਾਨਾ। ਉਹ ਕੌਮ ਜਿਸ ਦੀ ਬੁਨਿਆਦ ਸ਼ਹੀਦੀ ਖੂਨ ਦੇ ਨਾਲ ਰੱਖੀ ਜਾਵੇ, ਉਹ ਮਰ ਨਹੀਂ ਸਕਦੀ। ਸਿੱਖ ਵੱਧ ਘੱਟ ਹੋ ਜਾਣਗੇ, ਸਿੱਖ ਕਦੀ ਖਤਮ ਨਹੀਂ ਹੋਣਗੇ, ਕਿਉਂਕਿ ਇਹਦੀ ਨੀਂਹ ਰੱਖੀ ਹੈਗੀ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ 10 ਰੂਪਾਂ ਦੇ ਵਿੱਚ, ਜਿਹਦੇ ਵਿੱਚ ਗਿਆਨ ਵੀ ਹੈ, ਭਗਤੀ ਵੀ ਹੈ, ਵੈਰਾਗ ਵੀ ਹੈ, ਤਿਆਗ ਵੀ ਹੈ ਅਤੇ ਸ਼ਹਾਦਤ ਵੀ ਹੈਗੀ। ਸਿੱਖਾਂ ਨੂੰ ਫਕਰ ਹੈ ਕਿ ਦੁਨੀਆ ਦੇ ਵਿੱਚ ਕਿਸੇ ਅਜਿਹੀ ਘੱਟ ਗਿਣਤੀ ਵਾਲੇ ਕੌਮ ਨੇ ਇੰਨੇ ਉੱਚੇ ਆਸ਼ੇ ਵਾਲੇ ਅਤੇ ਇੰਨੇ ਸ਼ਹੀਦ ਪੈਦਾ ਨਹੀਂ ਕੀਤੇ ਜਿੰਨੇ ਸਿੱਖ ਕੌਮ ਨੇ ਕੀਤੇ ਹੈ। ਹਜ਼ਰਤ ਈਸਾ ਦੇ ਸੂਲੀ 'ਤੇ ਚੜ੍ਹ ਜਾਣ ਵਾਲੇ ਪ੍ਰਸੰਗ ਨੇ ਸੰਸਾਰ ਦੇ ਵਿੱਚ ਲਗਭਗ 140 ਕਰੋੜ ਦੇ ਆਸ ਪਾਸ ਈਸਾਈ ਬਣਾ ਦਿੱਤੇ ਹੈ।
ਲਗਭਗ 8 ਅਰਬ 800 ਕਰੋੜ ਦੀ ਜਨਸੰਖਿਆ ਸੰਸਾਰ 'ਚ ਹੈ। ਹਜ਼ਰਤ ਈਸਾ ਈਸਾਈਆਂ ਦੇ ਵਿੱਚ ਇੱਕੋ ਹੀ ਸੂਲੀ 'ਤੇ ਚੜ੍ਹਿਆ ਨਾ, 140 ਕਰੋੜ ਈਸਾਈ ਬਣ ਗਏ। ਕਰਬਲਾ ਦੇ ਜੰਗ ਦੇ ਸਾਕੇ ਨੇ ਮੁਸਲਮਾਨਾਂ ਅੰਦਰ ਇੱਕ ਐਸੀ ਖਾਸ ਸਿਪਰਟ ਭਰੀ ਕਿ ਉਹਨਾਂ ਦੇ ਇਸ ਪ੍ਰਚਾਰ ਨੇ ਇਸ ਸੰਸਾਰ ਦੇ ਵਿੱਚ 200 ਦੇ ਆਸ ਪਾਸ ਮੁਸਲਮਾਨ ਬਣਾਤੇ। ਪਰ ਖਾਲਸਾ ਪੰਥ ਜੇ ਵੇਖੀਏ, ਖਾਲਸਾ ਪੰਥ ਦੇ ਹਿੱਸੇ ਦੇ ਵਿੱਚ ਇੱਕ ਜਾਂ ਦੋ ਨਹੀਂ ਬਲਕਿ ਬੇਹਿਸਾਬ ਕੁਰਬਾਨੀਆਂ, ਸ਼ਹਾਦਤਾਂ, ਅਤੇ ਐਸੀਆਂ ਐਸੀਆਂ ਸ਼ਹਾਦਤਾਂ ਕਿ ਦੇਖ ਸੁਣ ਕੇ ਰੂਹ ਕੰਬ ਜਾਂਦੀ ਹੈ। ਕਿਸੇ ਦੇ ਹਿੱਸੇ ਇੱਕ ਕੁਰਬਾਨੀ ਆਈ, ਕਿਸੇ ਦੇ ਦੋ ਆਈ, ਅਤੇ ਸਿੱਖ ਕੌਮ ਦੀ ਗੁੜਤੀ ਤਾਂ ਕੁਰਬਾਨੀਆਂ ਨਾਲ ਹੀ ਹੈ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜਲਾਦ ਨੂੰ ਕਹਿੰਦੇ, ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਦੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾਂ, ਤੂੰ ਸਾਨੂੰ ਮੌਤ ਤੋਂ ਡਰਾਉਣਾ? ਇਸ ਕੌਮ ਦੀ ਪਾਲਣਾ ਸ਼ਹੀਦੀ ਲੋਰੀਆਂ ਨਾਲ ਹੋਈ ਹੈ ਗੁਰੂ ਪਿਆਰਿਓ। ਸਿੱਖ ਇਤਿਹਾਸ ਦੀ ਜਿੰਦ ਜਾਣੀ ਸ਼ਹੀਦਾਂ ਦੇ ਸਿਰ ਧਰ ਤਲੀ ਗਲੀ ਮੇਰੀ ਆਓ ਦੇ ਸਾਕੇ ਨੇ। ਕੁਰਬਾਨੀ ਤਾਂ ਹੋਰ ਕਈ ਦੇਸ਼ਾਂ ਅਤੇ ਕੌਮਾਂ ਦੇ ਬਹਾਦਰ ਸਪੁੱਤਰਾਂ ਨੇ ਵੀ ਕੀਤੀਆਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਸਿੱਖਾਂ ਵਰਗੀ ਕੁਰਬਾਨੀ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਭਾਈ ਮਨੀ ਸਿੰਘ ਵਰਗਾ ਇਨਸਾਨ ਹੋਰ ਕਿੱਥੇ ਮਿਲੇਗਾ ਜਿਹਨੇ ਬੰਦ ਬੰਦ ਕਟਵਾਇਆ ਗਾ? ਜਲਾਦ ਸਿੱਧਾ ਗੁੱਟ ਵੱਢਣ ਲੱਗਿਆ। ਭਾਈ ਸਾਹਿਬ ਕਹਿੰਦੇ, ਨਹੀਂ, ਬੰਦ ਬੰਦ ਦੀ ਗੱਲ ਹੋਈ ਹੈ, ਪਹਿਲਾਂ ਮੇਰੀਆਂ ਉਂਗਲਾਂ ਦੇ ਬੰਦ ਕੱਟ, ਪੋਟੇ ਕੱਟ, ਫਿਰ ਉਹ ਤੋਂ ਬਾਅਦ ਪਹਿਲਾਂ ਉਂਗਲਾਂ, ਫਿਰ ਹੱਥ, ਫਿਰ ਕੂਹਣੀ, ਫਿਰ ਮੋਢਾ, ਫਿਰ ਦੂਜਿਆਂ, ਫਿਰ ਪੂਰੇ ਸਰੀਰ ਦਾ ਬੰਦ ਬੰਦ ਕਟਾਇਆ। ਇਹੋ ਜਿਹਾ ਕੋਈ ਸਾਧ ਸੰਗਤ ਜੀ ਹੋਏਗਾ ਸ਼ਹੀਦ? ਸਭ ਦੁੱਖ ਬਰਦਾਸ਼ਤ ਕੀਤਾ ਪਰ ਕੋਈ ਹਾਏ ਨਹੀਂ, ਕੋਈ ਹੋਏ ਨਹੀਂ। ਭਾਈ ਸਾਹਿਬ, ਭਾਈ ਮਤੀ ਦਾਸ ਵਰਗਾ ਇਨਸਾਨ ਕਿਤੇ ਨਜ਼ਰ ਆਉਂਦਾ ਕਿਸੇ ਦੇਸ਼ ਕਿਸੇ ਕੌਮ ਦੀ ਧਰਤੀ 'ਤੇ ਕਿ ਆਰੇ ਦੇ ਨਾਲ ਸਰੀਰ ਦੋ ਫਾੜ ਹੋ ਗਿਆ ਪਰ ਮੁੱਖ ਦੇ ਵਿੱਚੋਂ ਕੇਵਲ ਬਾਣੀ ਦਾ ਪਾਠ ਨਿਕਲਦਾ ਪਿਆ ਹੈਗਾ? ਸੱਚ ਜਾਣਿਓ ਸੰਗਤ ਜੀ, ਮੈਨੂੰ ਤਾਂ ਇਤਿਹਾਸ ਵਿੱਚ ਕਿਤੇ ਹੋਰ ਅਜਿਹੀਆਂ ਮਾਵਾਂ ਨਜ਼ਰ ਨਹੀਂ ਆਉਂਦੀਆਂ ਜੋ ਆਪਣੇ ਬੱਚਿਆਂ ਦੇ ਆਪਣੇ ਅੱਖਾਂ ਦੇ ਸਾਹਮਣੇ ਟੁਕੜੇ ਹੁੰਦੇ ਵੇਖ ਸਕਣ, ਪੁੱਤਰ ਨੇਜਿਆਂ 'ਤੇ ਟੰਗੇ ਜਾਵਣ ਅਤੇ ਮਾਵਾਂ ਕੀ ਕਹਿਣ, ਤੇਰਾ ਕੀਆ ਮੀਠਾ ਲੱਗ ਹੈ ਗਾਰੀਆਂ ਨੇ। ਨਾ ਹੀ ਅਜਿਹੇ ਮਾਸੂਮ ਬੱਚੇ ਹੋਰ ਕਿਤੇ ਮਿਲਦੇ ਨੇ ਜਿਨ੍ਹਾਂ ਨੂੰ ਕੰਧਾਂ ਵਿੱਚ ਖੜ੍ਹੇ ਕਰਕੇ ਚਿਣਾ ਦਿੱਤਾ ਗਿਆ, ਸੀ ਤੱਕ ਨਹੀਂ ਕੀਤੀ ਹੈਗੀ ਛੋਟੇ ਸਾਹਿਬਜ਼ਾਦੇ। ਜ਼ੁਲਮ ਇਤਨਾ ਵਧਿਆ ਹੋਵੇ ਕਿ ਗੋਡੇ ਤੱਕ ਆ ਕੇ ਇੱਟ ਕੱਟਣ ਦੀ ਬਜਾਏ ਗੋਡਿਆਂ ਨੂੰ ਹੀ ਛਿੱਲ ਦਿੱਤਾ ਗਿਆ, ਪਰ ਉਹ ਨਿੱਕੀਆਂ ਨਿੱਕੀਆਂ ਕਲੀਆਂ ਉਸੇ ਤਰ੍ਹਾਂ ਖੜੀਆਂ ਰਹੀਆਂ। ਇੱਥੇ ਬਸ ਨਹੀਂ, ਚਰਖੜੀਆਂ 'ਤੇ ਚੜ੍ਹਨ, ਦੇਗਾਂ ਵਿੱਚ ਉੱਬਲਣ, ਖੋਪੜੀਆਂ ਉਤਾਰਨ ਦੀਆਂ ਘਟਨਾਵਾਂ ਵੀ ਕਿਤੇ ਹੋਰ ਨਹੀਂ ਮਿਲਦੀਆਂ? ਕਿਤੇ ਹੋਰ ਮਿਲਦੀਆਂ ਦੱਸੋ? ਅਸਲ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਹੀ ਇੱਕ ਅੰਦੋਲਨ ਕਰਕੇ ਸੀ। ਅੰਦੋਲਨ ਅਰਥਾਤ ਕ੍ਰਾਂਤੀ, ਕ੍ਰਾਂਤੀ ਹੀ ਕੁਝ ਬਦਲ ਸਕਦੀ ਹੈ, ਭ੍ਰਾਂਤੀ ਕੁਝ ਨਹੀਂ ਬਦਲ ਸਕਦੀ। ਸਮੇਂ ਦੀਆਂ ਸਾਰੀਆਂ ਜਾਬਰ ਤਾਕਤਾਂ ਨਾਲ ਮਹਾਰਾਜ ਨੇ ਟੱਕਰ ਲਈ ਹੈ। ਜਦੋਂ ਆਇਆ ਸੀ ਬਾਬਰ ਇਸ ਦੇਸ਼ ਵਿੱਚ ਹਮਲਾ ਕਰਨ, ਅਨਿਆਏ ਸੀਗਾ, ਜ਼ਾਲਮ ਸੀਗਾ, ਜਬਰ ਸੀਗਾ, ਅਤੇ ਮਹਾਰਾਜ ਨੇ ਉਹਦੇ ਅਨਿਆਏ ਦੇ ਖਿਲਾਫ ਆਵਾਜ਼ ਚੁੱਕੀ, ਲੋਕਾਂ ਨੇ ਦਰਦ ਨੂੰ ਮਹਿਸੂਸ ਕੀਤਾ, ਹਾਂ ਦਾ ਨਾਰਾ ਮਾਰਿਆ। ਲੋਕਾਂ ਦੇ ਨਾਲ ਨਾਲ ਬਾਬਰ ਨੇ ਮਹਾਰਾਜ ਨੂੰ ਵੀ ਜੇਲ੍ਹ 'ਚ ਹੀ ਪਾਤਾ, ਚੱਕੀਆਂ ਪੀਓ ਸਾਰੇ।
ਉਹ ਤਾਂ ਮਹਾਰਾਜ ਦਾ ਕੌਤਕ, ਮਹਾਰਾਜ ਦੀ ਲੀਲਾ, ਬਾਬਰ ਨੂੰ ਪਤਾ ਲੱਗ ਗਿਆ, ਬਾਬਰ ਮਹਾਰਾਜ ਤੋਂ ਮਾਫ਼ੀ ਮੰਗੇ। ਨਹੀਂ ਤਾਂ ਹੋ ਸਕਦਾ ਗੁੱਸਾ ਕੀ ਮਾਫ਼ ਕਰਨਾ, ਹੋ ਸਕਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਨੂੰ ਉੱਥੇ ਸ਼ਹਾਦਤ ਪ੍ਰਾਪਤ ਕਰਨੀ ਪੈ ਸਕਦੀ ਸੀ। ਮਹਾਰਾਜ ਨੇ ਪਿੱਛੋਂ ਥੋੜ੍ਹੀ ਹਟਣਾ ਸੀਗਾ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੋਚ ਕ੍ਰਾਂਤੀਕਾਰੀ ਅੰਦੋਲਨ, ਪਾਪ ਦੇ ਵਿਰੁੱਧ, ਅਧਰਮ ਦੇ ਵਿਰੁੱਧ, ਅਤੇ ਦਸ ਗੁਰੂ ਸਾਹਿਬਾਨਾਂ ਤੋਂ ਬਾਅਦ ਖਾਲਸਾ ਪੰਥ ਨੇ ਪਤਾ ਨਹੀਂ ਕਿੰਨੀਆਂ ਹੀ ਕੁਰਬਾਨੀਆਂ ਦਿੱਤੀਆਂ। ਭਾਵੇਂ ਰਾਜ ਮੁਗਲਾਂ ਦਾ ਸੀ, ਭਾਵੇਂ ਅੰਗਰੇਜ਼ਾਂ ਦਾ ਸੀ, ਸਿੱਖਾਂ ਨੇ ਬੇਹਿਸਾਬ ਅੰਦੋਲਨ ਕੀਤੇ ਸੰਗਤ ਜੀ, ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਕੁਰਬਾਨੀਆਂ ਦਿੱਤੀਆਂ। ਇਹ ਜਿਹੜਾ ਆਜ਼ਾਦੀ ਦਾ ਸਿਲਸਿਲਾ ਨਾ, ਇਹ ਜਿਹੜਾ ਕੁਰਬਾਨੀਆਂ ਦਾ ਸਿਲਸਿਲਾ, ਭਾਵੇਂ ਦੇਸ਼ ਆਜ਼ਾਦ ਹੋ ਵੀ ਗਿਆ ਪਰ ਜਦੋਂ ਤੱਕ ਸਮਾਜ ਦੇ ਵਿੱਚ ਅੱਤਿਆਚਾਰ ਦਾ ਦੌਰ ਜਾਰੀ ਰਹੇਗਾ ਉਦੋਂ ਤੱਕ ਸਾਧ ਸੰਗਤ ਜੀ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਰਹਿਣਗੀਆਂ। ਇੱਕ ਐਸੀ ਹੀ ਕੁਰਬਾਨੀ ਜਿਹਨੂੰ ਕਿ ਸਿੱਖ ਕੌਮ ਦੇ ਵਿੱਚ ਵੱਡਾ ਘੱਲੂਘਾਰ ਆਖਿਆ ਜਾਂਦਾ ਹੈ, ਉਹਦੀ ਗੁਰਮਤਿ ਵਿਚਾਰ ਦੀ ਆਪਾਂ ਸਾਂਝ ਪਾਉਣ ਲੱਗੇ ਹਾਂਗੇ। ਹੁਣ ਤੱਕ ਆਪਾਂ ਸ਼ਹੀਦ ਕੀ ਹੁੰਦਾ, ਸ਼ਹਾਦਤ ਕੀ ਹੁੰਦੀ ਹੈ ਅਤੇ ਸ਼ਹੀਦ ਅਤੇ ਸ਼ਹਾਦਤ ਪਿੱਛੇ ਸੋਚ ਕੀ ਹੁੰਦੀ ਹੈ ਇਹ ਵਿਚਾਰਿਆ ਗਾ। ਸਿੱਖ ਇਤਿਹਾਸ ਵਿੱਚ ਦੋ ਘੱਲੂਘਾਰੇ ਪ੍ਰਸਿੱਧ ਨੇ ਜਿਹੜੇ ਕਿ ਦੋਵੇਂ 18ਵੀਂ ਸਦੀ ਦੇ ਵਿੱਚ ਵਾਪਰੇ ਹੈ। ਪਹਿਲਾ 1746 ਈਸਵੀ ਵਿੱਚ ਸਿੰਘਾਂ ਦਾ ਨਾਮ ਨਿਸ਼ਾਨ ਮਿਟਾਉਣ ਦੇ ਲਈ ਯਈਆ ਖਾਨ ਅਤੇ ਲਖਪਤ ਰਾਏ ਨੇ ਸਿੰਘਾਂ ਦਾ ਪਿੱਛਾ ਆਪਣੀ ਸਾਰੀ ਤਾਕਤ ਨਾਲ ਕੀਤਾ ਅਤੇ ਕਾਨੂੰਵਾਨ ਦੇ ਉਸ ਦੇ ਨਾਲ ਦੇ ਲੱਗਦੇ ਇਲਾਕੇ ਵਿੱਚ ਹਜ਼ਾਰਾਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਤਸ਼ੱਦਦ ਦੇ ਦੇ ਕੇ। ਇਹ ਛੋਟਾ ਘੱਲੂਘਾਰ ਅਖਵਾਉਂਦਾ ਜਿਸ ਬਾਰੇ ਵਿਸਾਰ ਦੇ ਨਾਲ ਆਪ ਜੀ ਕਈ ਵਾਰ ਸਰਵਣ ਕਰ ਚੁੱਕੇ ਹੋ ਪੰਥ ਪ੍ਰਸਿੱਧ ਕਥਾਵਾਚਕ ਪ੍ਰਚਾਰਕਾਂ ਤੋਂ। ਪਰ ਅੱਜ ਜਿਹੜਾ ਅਸੀਂ ਵਿਚਾਰਨਾ ਸਾਂ ਸੰਗਤ ਜੀ, ਅੱਤ ਵੱਡਾ ਘੱਲੂਘਾਰ ਜਿਹੜਾ ਕਿ 1762 ਈਸਵੀ ਦੇ ਵਿੱਚ ਵਾਪਰਿਆ ਗਾ, ਜਦੋਂ ਅਹਿਮਦ ਸ਼ਾਹ ਅਬਦਾਲੀ ਮਲੇਰਕੋਟਲੇ ਦੇ ਨੇੜੇ ਸਿੰਘਾਂ 'ਤੇ ਹਮਲਾ ਕੀਤਾ ਅਤੇ 10,000 ਤੋਂ ਵੱਧ ਗਿਣਤੀ ਵਿੱਚ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਅਤੇ ਭਾਰਤ ਦੇ ਦੂਜੇ ਹਿੱਸਿਆਂ 'ਤੇ ਜਦ ਹਮਲੇ ਕਰਨੇ ਸ਼ੁਰੂ ਕੀਤੇ ਤਾਂ ਉਸ ਸਮੇਂ ਸਿੰਘ ਵੀ ਪੰਜਾਬ ਦੇ ਵਿੱਚ ਆਪਣੀ ਚੰਗੀ ਤਾਕਤ ਬਣਾ ਚੁੱਕੇ ਸਨ। 12 ਮਿਸਲਾਂ ਵੱਖ ਵੱਖ ਇਲਾਕਿਆਂ ਵਿੱਚ ਛਾਈਆਂ ਹੋਈਆਂ ਸਨ। ਰਾਖੀ ਸਿਸਟਮ ਦੇ ਪ੍ਰਚਲਿਤ ਹੋਣ ਨਾਲ ਅਮਲੀ ਤੌਰ 'ਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਸਿੰਘਾਂ ਦੀ ਹਕੂਮਤ ਵੀ ਬਣ ਚੁੱਕੀ ਸੀ। ਅਬਦਾਲੀ ਦਾ ਰਾਹ ਰੋਕਣ ਵਾਲੀ ਅਤੇ ਉਸ ਦੀ ਸ਼ਕਤੀ ਨੂੰ ਚੈਲੇਂਜ ਕਰਨ ਵਾਲੀ ਇਸ ਦੇਸ਼ ਵਿੱਚ ਹੋਰ ਕੋਈ ਤਾਕਤ ਹੀ ਨਹੀਂ ਸੀ ਬਸ਼ਰਤੇ ਸਿੰਘਾਂ ਦੇ। ਮੈਨੂੰ ਇੱਕ ਗੱਲ ਯਾਦ ਆਈ ਇਤਿਹਾਸ ਵਿੱਚ, ਜਦੋਂ ਨਾਦਰ ਸ਼ਾਹ ਆਇਆ ਇਸ ਦੇਸ਼ 'ਤੇ ਚੜ੍ਹ ਕੇ ਅਤੇ ਪੇਸ਼ਵਾ ਜੀ ਨੇ ਨਾਦਰ ਸ਼ਾਹ ਨੂੰ ਰਿਕੁਐਸਟ ਭੇਜੀ, ਬੇਨਤੀ ਭੇਜੀ ਕਿ ਅਸੀਂ ਤੁਹਾਡੇ ਨਾਲ ਸੁਲਾਹ ਕਰਨਾ ਚਾਹੁੰਦੇ ਹਾਂਗੇ, ਜੋ ਤੁਸੀਂ ਕਹੋਗੇ ਅਸੀਂ ਉਹ ਮੰਨ ਲਵਾਂਗੇ। ਉਦੋਂ ਨਾਦਰ ਨੇ ਕੜਕਮਾਂ ਉੱਤਰ ਦਿੱਤਾ ਕਿ ਨਾਦਰ ਸੁਲਾਹ ਨਹੀਂ, ਨਾਦਰ ਜੰਗ ਚਾਹੁੰਦਾ। ਉਹੀ ਨਾਦਰ ਦਾ ਜਦੋਂ ਸਿੰਘਾਂ ਦੇ ਨਾਲ ਸਾਹ ਸੰਗਤ ਜੀ ਸਾਹਮਣਾ ਹੋਇਆ ਅਤੇ ਨਾਦਰ ਖੁਦ ਸਿੰਘਾਂ ਨੂੰ ਕਹਿੰਦਾ ਕਿ ਮੈਂ ਤੁਹਾਡੇ ਨਾਲ ਸੁਲਾਹ ਕਰਨੀ ਚਾਹੁੰਦਾ।
ਪਾਣੀਪਤ ਦੇ ਮੈਦਾਨ ਦੇ ਵਿੱਚ ਅਬਦਾਲੀ ਕੋਲੋਂ ਜਦੋਂ ਮਰਾਠੇ ਹਾਰ ਗਏ ਸੀ, ਦੋ ਦਹਾਕੇ ਉੱਠੇ ਨਹੀਂ ਹੈਗੇ, ਮਚੋੜ ਕੇ ਰੱਖ ਦਿੱਤੇ। ਇਹ ਘੱਲੂਘਾਰੇ ਜਦੋਂ ਵਾਪਰੇ ਨੇ, ਘੱਲੂਘਾਰਾ ਜਦੋਂ ਅਬਦਾਲੀ ਨੇ ਵਾਪਰਿਆ ਹੈਗਾ, ਘੱਲੂਘਾਰਾ ਵਾਪਰਿਆ, ਇਹ ਚਲੇ ਗਿਆ ਆਪਣੇ ਦੇਸ਼ ਅਬਦਾਲੀ, ਅਤੇ ਆਉਣ ਤੋਂ ਪਹਿਲਾਂ ਪਹਿਲਾਂ ਸਿੰਘਾਂ ਨੇ ਜਥੇ ਤਿਆਰ ਕਰਕੇ ਪੰਜਾਬ ਦੇ ਵਿੱਚ ਮੱਲਾਂ ਮਾਰੀਆਂ, ਪਾਪੀਆਂ ਨੂੰ ਡੰਡ ਦਿੱਤਾ ਅਤੇ ਅਬਦਾਲੀ ਹੈਰਾਨ ਹੋ ਗਿਆ। ਅਬਦਾਲੀ ਦਾ ਰਾਹ ਰੋਕਣ ਲਈ ਅਤੇ ਉਹਦੀ ਸ਼ਕਤੀ ਨੂੰ ਚੈਲੰਜ ਕਰਨ ਦੇ ਲਈ ਹੋਰ ਕੋਈ ਤਾਕਤ ਇੱਥੇ ਹੈ ਹੀ ਨਹੀਂ ਸੀ। ਸਿੰਘਾਂ ਨੇ ਕਈ ਵਾਰ ਉਹਦੇ ਨਾਲ ਟੱਕਰ ਲਈ, ਉਹਦੇ ਜਰਨੈਲਾਂ ਨੂੰ ਭਜਾਇਆ, ਉਹਦੇ ਜਿਹੜੇ ਨੀਯਤ ਕੀਤੇ ਹਾਕਮਾਂ ਨੂੰ ਚੰਗਾ ਸੋਧਾ ਲਾਇਆ, ਹਾਰ ਦਿੱਤੀ। ਇਸ ਲਈ ਅਹਿਮਦ ਸ਼ਾਹ ਅਬਦਾਲੀ ਇਸ ਉੱਭਰ ਰਹੀ ਤਾਕਤ ਤੋਂ ਬੜਾ ਹੀ ਔਖਾ ਸੀਗਾ। ਪੰਜ ਵਾਰ ਉਹ ਹਮਲਾ ਕਰਕੇ ਆਇਆ, ਪਰ ਹਾਲਾਤ ਨੇ ਉਸਨੂੰ ਵਾਪਸ ਚਲੇ ਜਾਣ ਦੇ ਲਈ ਹਰ ਵਾਰ ਮਜਬੂਰ ਹੀ ਕਰ ਦਿੱਤਾ। ਉਹਦੇ ਪਿੱਛੇ ਜਾਣ, ਵਾਪਸ ਮੁੜ ਗਿਆ ਨਾ, ਉਹਦੇ ਜਾਣ ਪਿੱਛੋਂ ਫਿਰ ਗੜਬੜ ਹੋ ਜਾਂਦੀ ਅਤੇ ਸਿੰਘ ਉਹਦੇ ਨਿਯਤ ਕੀਤੇ ਕਰਮਚਾਰੀਆਂ ਦਾ ਪ੍ਰਬੰਧ ਉਖੇੜ ਕੇ ਰੱਖ ਦਿੰਦੇ, ਚੰਗਾ ਸੋਧਾ ਲਾਉਂਦੇ। ਜਦੋਂ ਛੇਵੀਂ ਵਾਰ ਅਹਿਮਦ ਸ਼ਾਹ ਅਬਦਾਲੀ 1762 ਦੀ ਸ਼ੁਰੂਆਤ ਦੇ ਵਿੱਚ ਫਿਰ ਚੜ੍ਹਾਈ ਕਰਕੇ ਆਇਆ ਰੋਹਤਾਸ ਵਿੱਚ, ਉਸ ਨੂੰ ਪੰਜਾਬ ਵਿੱਚ ਆਪਣੇ ਖੁਸ਼ਾਮਦੀ ਕਰਮਚਾਰੀ ਅਤੇ ਚੌਧਰੀ ਮਿਲੇ। ਉਹਨਾਂ ਨੇ ਸਿੰਘਾਂ ਵਿਰੁੱਧ ਉਹਦੇ ਬੜੇ ਕੰਨ ਭਰੇ, ਝੂਠੀਆਂ ਲਾਈਆਂ, ਚੁਗਲੀਆਂ ਲਾਈਆਂ। ਸਿੰਘਾਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਇਸ ਵਾਰ ਅਹਿਮਦ ਸ਼ਾਹ ਅਬਦਾਲੀ ਬਹੁਤ ਤਿਆਰੀ ਨਾਲ ਆ ਰਿਹਾ ਅਤੇ ਉਹਦਾ ਮੈਦਾਨੇ ਜੰਗ ਵਿੱਚ ਟਾਕਰਾ ਕਰਨਾ ਬੜਾ ਔਖਾ, ਕਿਉਂਕਿ ਸਿੰਘ ਬਹੁਤ ਥੋੜ੍ਹੇ ਸਨ ਅਤੇ ਅਬਦਾਲੀ ਦੀ ਫੌਜ ਬਹੁਤ ਜ਼ਿਆਦਾ ਸੀ। ਇਹ ਵੀ ਪਤਾ ਲੱਗ ਗਿਆ ਕਿ ਉਹ ਇਸ ਵਾਰ ਸਿੱਖ ਬੱਚਿਆਂ ਅਤੇ ਬੀਬੀਆਂ ਦਾ ਵੀ ਕਤਲੇਆਮ ਕਰੇਗਾ, ਇਹ ਅੱਜ ਤੱਕ ਨਹੀਂ ਸੀ ਹੋਇਆ। ਇਸ ਲਈ ਇਹਨਾਂ ਨੂੰ ਬਚਾਉਣਾ ਵੀ ਚਾਹੀਦਾ ਆਪਣੇ ਪਰਿਵਾਰ ਨੂੰ। ਸਿੱਖ ਆਪਣੇ ਪਰਿਵਾਰਾਂ ਸਮੇਤ ਮਾਝਾ ਛੱਡ ਕੇ ਸਤਲੁਜ ਨੂੰ ਪਾਰ ਮਾਲਵੇ ਵਿੱਚ ਅੱਪੜ ਗਏ ਤਾਂ ਕਿ ਪਰਿਵਾਰ ਨੂੰ ਪਹਿਲਾਂ ਸੁਰੱਖਿਅਤ ਥਾਂ 'ਤੇ ਪਹੁੰਚਾ ਦਿੱਤਾ ਜਾਵੇ, ਫਿਰ ਅਬਦਾਲੀ ਦੇ ਨਾਲ ਦੋ ਦੋ ਹੱਥ ਕਰਾਂਗੇ। ਸਿੰਘ ਹਜੇ ਮਲੇਰਕੋਟਲੇ ਨੇੜੇ ਪਿੰਡਾਂ ਵਿੱਚ ਹੀ ਸਨ ਜਦੋਂ ਕਿ ਭੀਖਣ ਖਾਂ ਅਤੇ ਸਰਹੰਦ ਦੇ ਗਵਰਨਰ ਨੂੰ ਸੱਦ ਕੇ ਅਹਿਮਦ ਸ਼ਾਹ ਅਬਦਾਲੀ 3 ਫਰਵਰੀ 1762 ਈਸਵੀ ਨੂੰ ਲਾਹੌਰ ਤੋਂ ਸਾਰੀ ਫੌਜੀ ਤਾਕਤ ਨਾਲ ਤੁਰ ਪਿਆ। ਮੁਲਤਾਨ, ਲਾਹੌਰ, ਹੋਰ ਇਲਾਕੇ ਦੇ ਮੁਖੀਆਂ ਦੀਆਂ ਫੌਜਾਂ ਵੀ ਉਹਦੇ ਨਾਲ ਸਨ। 2 ਦਿਨਾਂ ਵਿੱਚ ਤੇਜ਼ੀ ਨਾਲ ਸਫ਼ਰ ਮੁਕਾ ਕੇ ਅਬਦਾਲੀ ਮਲੇਰਕੋਟਲੇ ਨੇੜੇ ਇੱਕ ਪਿੰਡ ਪੈਂਦਾ ਜਿਹਦਾ ਨਾਮ ਹੈ ਕੁੱਪ, ਉੱਥੇ ਪਹੁੰਚ ਗਿਆ। ਇੱਥੇ ਨੇੜੇ ਹੀ 30,000 ਸਿੰਘ ਆਪਣੇ ਪਰਿਵਾਰਾਂ ਅਤੇ ਸਮਾਨ ਦੇ ਨਾਲ ਠਹਿਰੇ ਹੋਏ ਸੀਗੇ। ਇਹਨਾਂ ਸਿੰਘਾਂ 'ਤੇ ਇੱਕ ਪਾਸਿਓ ਅਬਦਾਲੀ ਦੀ ਫੌਜ ਨੇ, ਦੂਜੇ ਪਾਸਿਓ ਸਰਹੰਦ ਦੇ ਗਵਰਨਰ ਜ਼ੈਨ ਖਾਂ ਦੀ ਫੌਜ ਨੇ ਚੜ੍ਹਾਈ ਕਰ ਦਿੱਤੀ। ਅਬਦਾਲੀ ਨੇ ਆਪਣੀ ਫੌਜ ਨੂੰ ਹੁਕਮ ਕੀਤਾ ਕਿ ਪੰਜਾਬੀ ਪੁਸ਼ਾਕ ਵਿੱਚ ਨਜ਼ਰ ਆਉਂਦੇ ਹਰ ਆਦਮੀ ਨੂੰ ਕਤਲ ਕਰ ਦਿਓ। ਜ਼ੈਨ ਖਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਫੌਜ ਦੀਆਂ ਪਗੜੀਆਂ 'ਤੇ ਸਾਵੀ ਪੱਟੀ ਬੰਨ੍ਹ ਦੇਵੇ ਤਾਂ ਕਿ ਉਹ ਵੀ ਨਾ ਮਾਰੇ ਜਾਣ। ਇੱਥੇ ਕਈ ਹਜ਼ਾਰ ਸਿੰਘ, ਜਨਾਨੀ ਅਤੇ ਬੱਚੇ ਮਾਰੇ ਗਏ। ਅਚਾਨਕ ਹਮਲਾ ਹੋਇਆ ਸੀ। ਸਿੰਘਾਂ ਦੇ ਮੁਖੀਆਂ ਨੇ ਉਸੇ ਵੇਲੇ ਸੰਖੇਪ ਜਿਹੀ ਮੀਟਿੰਗ ਕੀਤੀ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਦੁਸ਼ਮਣ ਅੱਗੇ ਹਥਿਆਰ ਨਹੀਂ ਸੁੱਟਣੇ, ਲੜਦੇ ਲੜਦੇ ਸ਼ਹੀਦ ਹੋ ਜਾਣਾ ਚੰਗਾ।
ਜੇ ਜੀਵਨ ਦੇ ਵਿੱਚ ਕੋਈ ਉਤਾਰ ਚੜਾ ਆਉਂਦਾ ਹੈ ਤੇ ਸਬਰ ਤੇ ਸਿਦਕ ਦੇ ਨਾਲ ਬਾਣੀ ਪੜ੍ਹਦੇ ਉਹਦਾ ਮੁਕਾਬਲਾ ਕਰੀਏ, ਨਾ ਕਿ ਉਹਦੇ ਅੱਗੇ ਢੇਰੀ ਢਾ ਬੈਠੀਏ। ਉਦੋਂ ਇੱਕ ਅਬਦਾਲੀ ਸੀ, ਅੱਜ ਸਮਾਜ ਦੇ ਵਿੱਚ ਪਤਾ ਨਹੀਂ ਕਿੰਨੇ ਅਬਦਾਲੀ ਨੇ ਗੇ। ਘਰ ਘਰ ਅਬਦਾਲੀ ਬੈਠਾ, ਗੁੱਸਾ ਕੀ ਮਾਫ ਕਰਨਾ ਜਿਹੜਾ ਗੁਰੂ ਦੀ ਮੱਤ ਤੋਂ ਦੂਰ ਜਾ ਰਿਹਾ। ਇਹ ਫੈਸਲਾ ਹੁੰਦਿਆਂ ਸਿੰਘਾਂ ਨੇ ਆਪਣੇ ਬਾਲ ਬੱਚਿਆਂ ਦੁਆਲੇ ਘੇਰਾ ਪਾ ਲਿਆ ਤੇ ਚਾਰੇ ਪਾਸੇ ਹੋਰ ਹਮਲੇ ਦਾ ਟਾਕਰਾ ਕਰਨ ਲੱਗ ਪਏ। ਸਿੰਘਾਂ ਦੀ ਅਗਵਾਈ ਇਸ ਸਮੇਂ ਮਹਾਨ ਹਸਤੀਆਂ ਵਿੱਚੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਅਤੇ ਸਰਦਾਰ ਸ਼ਾਮ ਸਿੰਘ ਕਰੋੜ ਸਿੰਘੀਆਂ ਮਿਸਲ ਵਾਲੇ ਕਰ ਰਹੇ ਸਨ। ਇਹਨਾਂ ਪ੍ਰੋਗਰਾਮ ਬਣਾਇਆ ਕਿ ਲੜਦੇ ਲੜਦੇ ਇੱਕ ਪਾਸੇ ਵੱਧਦੇ ਚੱਲੀਏ, ਕਿਸੇ ਤਰ੍ਹਾਂ ਘੇਰਾ ਤੋੜ ਕੇ ਬਰਨਾਲੇ ਵੱਲ ਵੱਧ ਚੱਲੀਏ। ਉਸ ਇਲਾਕੇ ਵਿੱਚ ਮਹਾਰਾਜਾ ਬਾਬਾ ਆਲਾ ਜੀ ਵੱਲੋਂ ਸਿੰਘਾਂ ਨੂੰ ਮਦਦ ਮਿਲ ਜਾਣ ਦੀ ਆਸ ਵੀ ਸੀ। ਪਿੰਡ ਪਿੰਡ ਲੜਦੇ ਲੜਦੇ ਸਿੰਘ ਵੱਧਦੇ ਗਏ। ਸਿੰਘ ਕੁਤਬ ਬ੍ਰਾਹਮਣੀ ਦੇ ਗਾਹਲ ਅੱਪੜ ਗਏ, ਜਿਹਨੂੰ ਕੁਤਬਾ ਪਿੰਡ ਕਹਿੰਦੇ ਆ। ਇਹਨਾਂ ਪਿੰਡ ਵਾਲਿਆਂ ਨੇ ਮੁਸ਼ਕਲ ਵਿੱਚ ਘਿਰੇ ਹੋਏ ਸਿੰਘਾਂ ਦੀ ਮਦਦ ਤਾਂ ਕੀ ਕਰਨੀ ਸੀ, ਅਬਦਾਲੀ ਤੋਂ ਡਰਦੇ ਮਾਰੇ ਉਲਟਾ ਸਿੰਘਾਂ 'ਤੇ ਹਮਲਾ ਕਰ ਦਿੱਤਾ ਕਿ ਅਬਦਾਲੀ ਕਹੇਗਾ ਕਿ ਇਹ ਮੇਰੇ ਪੱਖ ਦੇ ਬੰਦੇ ਆ। ਇੱਥੇ ਸਿੰਘਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪਰ ਸਿੰਘਾਂ ਨੇ ਦਿਲ ਨਾ ਛੱਡਿਆ ਅਤੇ ਚੌਤਰਫਰੇ ਹਮਲੇ ਦਾ ਜਿਹੜਾ ਟਾਕਰਾ ਕਰਦੇ ਸਿੰਘ ਅੱਗੇ ਵੱਧ ਗਏ। ਇੱਕ ਪਾਸੇ ਜ਼ੈਨ ਖਾਂ, ਅਬਦਾਲੀ ਅਤੇ ਪਿੰਡ ਵਾਲੇ। ਜੀਵਨ ਦੇ ਵਿੱਚ ਸੰਗਤ ਜੀ ਇਹੋ ਜਿਹੇ ਬਹੁਤ ਮੌਕੇ ਆਉਂਦੇ ਆ, ਬਹੁਤ ਇਹੋ ਜਿਹੀਆਂ ਘਟਨਾਵਾਂ ਆਉਂਦੀਆਂ ਕਿ ਜਦੋਂ ਚਾਰੇ ਪਾਸੇ ਤੋਂ ਬੰਦਾ ਟੁੱਟ ਜਾਂਦਾ, ਕੋਈ ਹੈਲਪ ਨਹੀਂ ਕਰਦਾ ਅਤੇ ਬੜੀ ਪਰੇਸ਼ਾਨੀ, ਪਰ ਉਦੋਂ ਵੀ ਮਨੁੱਖ ਪਰਮਾਤਮਾ ਦਾ ਓਟ ਆਸਰਾ ਲੈ ਕੇ ਚੱਲੇ, ਬੰਦਗੀ ਕਰੇ, ਨਾਮ ਜਪੇ, ਬਾਣੀ ਪੜ੍ਹੇ, ਸੱਚ 'ਤੇ ਚੱਲੇ, ਪਰਮਾਤਮਾ ਉਹਦੀ ਰੱਖਿਆ ਕਰਦਾ ਹੈਗਾ। ਜਦ ਹਥਿਆਰ ਮੁੱਕ ਗਏ ਤਾਂ ਤਲਵਾਰਾਂ ਧੂ ਕੇ ਸਿੰਘ ਪੈ ਗਏ, ਜਿਵੇਂ ਬਾਜ ਚਿੜੀਆਂ 'ਤੇ ਪੈਂਦੇ ਆ। ਇਸ ਝੜਪ ਦੇ ਵਿੱਚ 10,000 ਤੋਂ ਵੱਧ ਸਿੰਘ ਸ਼ਹੀਦ ਹੋ ਗਏ। ਸਾਰੇ ਮੁਕਾਬਲੇ ਵਿੱਚ ਕਿਤਨੀਆਂ ਸ਼ਹੀਦੀਆਂ ਹੋਈਆਂ ਇਹਦਾ ਅਨੁਮਾਨ ਲਾਉਣਾ ਤਾਂ ਮੁਸ਼ਕਲ ਹੈ, ਪਰ ਇਸੇ ਲੜਾਈ ਵਿੱਚ ਸਿੰਘਾਂ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਬੀੜ ਗੁੰਮ ਹੋ ਗਈ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮਦਮਾ ਸਾਹਿਬ ਵਿੱਚ ਬੈਠ ਕੇ ਤਿਆਰ ਕਰਵਾਈ ਸੀ। ਇਸ ਝੜਪ ਵਿੱਚ ਕੋਈ ਵਿਰਲਾ ਹੀ ਸਿੰਘ ਬਚਿਆ ਕਿ ਜਿਹਦੇ ਸਰੀਰ 'ਤੇ ਕੋਈ ਜ਼ਖਮ ਨਾ ਹੋਇਆ ਹੋਵੇ, ਉਹ ਵੀ ਜਿਹੜਾ ਬਠਿੰਡੇ ਅਤੇ ਮਾਰੂਥਲਾਂ ਵਿੱਚੋਂ ਹੁੰਦਾ ਹੋਇਆ ਬੀਕਾਨੇਰ ਦੇ ਵੱਲ ਲੰਘ ਗਿਆ, ਉਹ ਬਚਿਆ ਨਹੀਂ, ਬਾਕੀ ਸ਼ਹੀਦ ਹੋ ਗਏ। ਸਿੱਖ ਕੌਮ ਦਾ ਇਤਨੀ ਵੱਡੀ ਗਿਣਤੀ ਵਿੱਚ ਇਕੱਠ ਕਦੇ ਵੀ ਇਤਨਾ ਨੁਕਸਾਨ ਨਹੀਂ ਹੋਇਆ ਜਿਤਨਾ 1762 ਦੇ ਘੱਲੂਘਾਰੇ ਵਿੱਚ ਹੋਇਆ, ਪਰ ਕੌਮ ਦੀ ਚੜ੍ਹਦੀ ਕਲਾ ਅਤੇ ਦ੍ਰਿੜਤਾ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾਂਦਾ ਹੈ ਕਿ ਕਿਸੇ ਇੱਕ ਨੇ ਵੀ ਹਥਿਆਰ ਨਹੀਂ ਸੁੱਟੇ, ਈਨ ਨਹੀਂ ਮੰਨੀ ਅਤੇ ਅਬਦਾਲੀ ਅੱਗੇ ਜਾਨ ਬਖਸ਼ੀ ਲਈ ਤਰਲੇ ਨਹੀਂ ਕੱਢੇ, ਸਗੋਂ ਜੇ ਸਿਰ 'ਤੇ ਆ ਬਣੀ ਤਾਂ ਬਾਣੀ ਪੜ੍ਹਦੇ ਪੜ੍ਹਦੇ ਲੜਦੇ ਲੜਦੇ ਸ਼ਹੀਦ ਹੋ ਗਏ। ਇਸ ਜਜ਼ਬੇ 'ਤੇ ਚੜ੍ਹਦੀ ਕਲਾ ਨੇ ਕੌਮ ਦਿਓ ਅਖੀਰ ਮਹਾਨ ਜੱਦੋ ਜਹਿਦ ਵਿੱਚ ਸਫਲਤਾ ਬਖਸ਼ੀ। ਅਸਲ ਵਿੱਚ ਉਸੇ ਸਮੇਂ ਕੌਮ ਨੂੰ ਨਿਸ਼ਚਾ ਸੀ ਕਿ ਭਾਵੇਂ ਜੋ ਕੁਝ ਹੋ ਜਾਵੇ ਰਾਜ ਅਖੀਰ ਖਾਲਸੇ ਨੇ ਕਰਨਾ ਹੈ। ਇਹ ਸੋਚ, ਇਹ ਵਿਸ਼ਵਾਸ ਗੁਰੂ 'ਤੇ ਹੈ। ਇਹ ਜਿਹੜਾ ਨਿਸ਼ਚਾ ਉਦੋਂ ਵੀ ਨਾ ਟੁੱਟਿਆ ਜਦੋਂ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਘੋੜਿਆਂ ਦੀਆਂ ਕਾਠੀਆਂ 'ਤੇ ਦਿਨ ਕੱਟਣੇ ਪਏ।
ਅਤੇ ਨਾ ਹੀ ਉਸ ਸਮੇਂ ਇਹ ਯਕੀਨ ਕਮਜ਼ੋਰ ਹੋਇਆ ਜਦੋਂ ਅਬਦਾਲੀ ਦਾ ਟਾਕਰਾ ਕਰਦਿਆਂ ਕਰਦਿਆਂ ਵੱਡੇ ਘੱਲੂਘਾਰੇ ਵਿੱਚ ਹਜ਼ਾਰਾਂ ਦਾ ਬਲੀਦਾਨ ਦੇਣਾ ਪਿਆ। ਜੋ ਥੋੜ੍ਹੇ ਜਿਹੇ ਬਚ ਗਏ ਉਹ ਰਾਜ ਕਰੇਗਾ ਖਾਲਸਾ ਅਤੇ ਨਾਅਰੇ ਲਾਉਂਦੇ ਲਾਉਂਦੇ ਅਗਲੀ ਜੱਦੋ ਜਹਿਦ ਲਈ ਕਮਰ ਕਸੇ ਕਰਨ ਲੱਗ ਪਏ। ਗੁਰੂ ਪਿਆਰੇ ਸਾਧ ਸੰਗਤ ਜੀ, ਇਤਨਾ ਜੀਵਨ ਦੇ ਵਿੱਚ ਉਤਾਰ ਚੜਾ ਆਇਆ, ਪਰ ਸਿੰਘ ਸ਼ਹਾਦਤ ਨੂੰ ਪ੍ਰਾਪਤ ਹੋ ਗਏ, ਸਿਰ ਕਟਾ ਦਿੱਤਾ, ਸਿਰ ਕੱਟ ਕੇ ਧਰਤੀ 'ਤੇ ਡਿੱਗਣਾ ਮਨਜ਼ੂਰ ਕਰ ਲਿਆ, ਪਰ ਸੋਚ ਥੱਲੇ ਨਹੀਂ ਡਿੱਗੀ। ਸਿੰਘਾਂ ਦੇ ਵਿੱਚ ਇਤਨੀ ਜ਼ਿਆਦਾ ਤਾਕਤ ਕਿਵੇਂ ਸੀ? ਕਿਉਂਕਿ ਜਿੰਨੇ ਵੀ ਸਿੰਘ ਸਨ ਇਹਨਾਂ ਦੀ ਸੋਚ ਗੁਰਬਾਣੀ ਨਾਲ ਜੁੜੀ ਸੀ, ਗੁਰੂ ਦੀ ਮੱਤ ਅਤੇ ਗੁਰੂ ਦੀ ਮਰਿਆਦਾ ਨਾਲ ਜੁੜੀ ਸੀ। ਇੱਕ ਆਮ ਕਹਾਵਤ ਹੈ ਕਿ ਪਹਿਲਾਂ ਗੁਰਦੁਆਰੇ ਕੱਚੇ ਸਨ, ਸਿੰਘ ਪੱਕੇ ਸੀ, ਅਤੇ ਹੁਣ ਗੁਰਦੁਆਰੇ ਪੱਕੇ ਹੋ ਗਏ ਅਤੇ ਬਹੁਤੇ ਸਿੱਖ ਜਿਹੜੇ ਨੇ ਕੱਚੇ ਹੋ ਗਏ ਨੇ। ਹੁਣ ਗੁਰੂ ਪਿਆਰੇ ਸਾਧ ਸੰਗਤ ਜੀ, ਇੱਕ ਵਿਚਾਰ ਹੈ, ਪਹਿਲੇ ਸਮਿਆਂ ਦੇ ਵਿੱਚ ਬਾਹਰੋਂ ਹਮਲੇ ਹੁੰਦੇ ਸਨ, ਸਿੱਖ ਤਾਂ ਉਹਨਾਂ ਨੂੰ ਬਰਦਾਸ਼ਤ ਕਰਦੇ, ਝੱਲਦੇ, ਫਤਿਹ ਪ੍ਰਾਪਤ ਕਰਦੇ ਸਨ, ਕਿਉਂਕਿ ਸਿੱਖ ਇਕੱਠੇ, ਉਹਨਾਂ ਦੀ ਸੋਚ ਇਕੱਠੀ। ਪਰ ਬੜੀ ਦੁੱਖ ਦੀ ਗੱਲ ਹੈ, ਬੜੇ ਦੁੱਖ ਨਾਲ ਕਹਿਣਾ ਪੈ ਰਿਹਾ, ਗੁਸਤਾਖੀ ਮਾਫ ਕਰਨਾ, ਕਿ ਅੱਜ ਦੇ ਸਮੇਂ ਦੇ ਵਿੱਚ ਸਭ ਤਾਂ ਨਹੀਂ ਪਰ ਬਹੁਤਾਤ ਮਾਤਰਾ ਦੇ ਵਿੱਚ ਸਿੱਖਾਂ ਦੀ ਜਿਹੜੀ ਸੋਚ ਹੈ ਨਾ, ਉਹ ਇਕੱਠੀ ਨਹੀਂ ਹੈਗੀ, ਇੱਕ ਨਹੀਂ ਹੈਗੀ। ਸਭ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੈ, ਬਾਣੀ ਵੀ ਪੜ੍ਹਦੇ ਹੈ, ਪਰ ਇੱਕ ਸੋਚ ਗੁਰੂ ਦੀ ਨਹੀਂ ਹੈਗੀ। ਬਹੁਤਾਤ ਮਾਤਰਾ ਦੇ ਵਿੱਚ ਆਪਣੀ ਆਪਣੀ ਪਈ ਹੈਗੀ, ਆਪਣੀ ਆਪਣੀ ਕੁਰਸੀਆਂ ਦਾ ਫਿਕਰ ਪਿਆ ਹੈਗਾ, ਆਪਣੇ ਆਪਣੇ ਡੇਰਿਆਂ ਦਾ ਫਿਕਰ ਪਿਆ ਹੈਗਾ, ਮੇਰੇ ਫੋਲੋਵਰ ਵੱਧ ਜਾਣ ਬਸ ਇਹਦਾ ਫਿਕਰ ਪਿਆ ਹੈਗਾ। ਪਹਿਲਾਂ ਸਿੰਘਾਂ ਦੇ ਉੱਤੇ ਇਤਨਾ ਜ਼ਿਆਦਾ ਜ਼ੁਲਮ ਹੁੰਦਾ ਸੀ, ਤਸੱਜਦ ਹੁੰਦਾ ਸੀ, ਪਰ ਫਿਰ ਵੀ ਸਿੰਘ ਹਾਰਦੇ ਨਹੀਂ ਸੀ, ਕਿਉਂਕਿ ਸੋਚ ਇੱਕ ਸੀਗੀ। ਅੱਜ ਕੱਲ੍ਹ ਸੋਚ ਹੀ ਬਦਲ ਗਈ ਹੈ। ਤੁਸੀਂ ਵੇਖੋ ਪੰਜਾਬ ਦੀ ਧਰਤੀ 'ਤੇ ਕਿਤਨਾ ਜ਼ਿਆਦਾ ਸਿੱਖ ਜਿਹੜਾ ਈਸਾਈ ਬਣਦਾ ਪਿਆ। ਅਸੀਂ ਈਸਾਈਆਂ ਦੇ ਦੁਸ਼ਮਣ ਨਹੀਂ ਹੈਗੇ, ਉਹ ਆਪਣੇ ਧਰਮ ਦਾ ਪ੍ਰਚਾਰ ਕਰਦੇ, ਉਹਨਾਂ ਨੂੰ ਮੁਬਾਰਕ ਹੈ, ਜਿਵੇਂ ਮਰਜ਼ੀ ਕਰਨ, ਉਹਨਾਂ ਨੂੰ ਆਪਣਾ ਧਰਮ ਮੁਬਾਰਕ ਹੈ, ਆਪਣੀ ਬਾਈਬਲ ਮੁਬਾਰਕ ਹੈ, ਆਪਣੇ ਜੀਸਸ ਮੁਬਾਰਕ ਨੇ, ਸਾਨੂੰ ਕੋਈ ਪ੍ਰੋਬਲਮ ਨਹੀਂ। ਪਰ ਦੁੱਖ ਤਾਂ ਉਦੋਂ ਹੁੰਦਾ ਹੈ ਕਿ ਜਦੋਂ ਸਿੱਖ ਕੌਮ ਦੇ ਵਿੱਚ ਜਨਮ ਲੈ ਕੇ ਨਾਮ ਦੇ ਪਿੱਛੇ ਸਿੰਘ ਅਤੇ ਕੋਰ ਰਖਵਾਉਣ ਵਾਲੇ ਈਸਾਈ ਬਣ ਜਾਂਦੇ ਆ। ਹੁਣ ਤਾਂ ਰਹੇ ਰੱਬ ਦਾ ਨਾਮ ਬਹੁਤੇ ਸਿੱਖ ਪਰਿਵਾਰਾਂ ਦੇ ਵਿੱਚ ਅਜਿਹੇ ਨੇ ਜਿਹੜੇ ਕਿ ਆਪਣੇ ਬੱਚਿਆਂ ਦਾ ਨਾਮ ਕਰਨ ਗੁਰਦੁਆਰਾ ਸਾਹਿਬ ਕਰਾਉਣ ਦੀ ਬਜਾਏ ਬੱਚਾ ਜੰਮਦਾ ਨੈੱਟ 'ਤੇ ਵੇਖ ਕੇ ਹੀ ਸਾਧ ਸੰਗਤ ਜੀ ਰੱਖ ਲੈਂਦੇ ਆ। ਦੇਖਦੇ ਆ ਕਿ ਫਲਾਣਾ ਨਾਮ ਜ਼ਿਆਦਾ ਪੋਪੂਲਰ ਆ, ਇਹਨੂੰ ਰੇਟਿੰਗ ਜ਼ਿਆਦਾ ਮਿਲੀ, ਉਹੀ ਰੱਖ ਲੈਣਾ। ਪਹਿਲਾਂ ਸਿੱਖ ਕੀ ਕਰਦੇ ਸਨ, ਹੁਣ ਵੀ ਬਹੁਤੇ ਕਰਦੇ ਆ, ਇੱਕ ਮਰਿਆਦਾ ਬਣਾਈ ਹੈ ਕਿ ਬੱਚੇ ਦਾ ਨਾਮ ਜਦੋਂ ਰੱਖਣਾ, ਗੁਰਦੁਆਰਾ ਸਾਹਿਬ ਜਾਣਾ ਸੰਗਤ ਦੇ ਵਿੱਚ ਪਰਿਵਾਰ ਨਾਲ ਲੈ ਕੇ, ਗੁਰੂ ਕੇ ਵਜ਼ੀਰ ਨੂੰ ਬੇਨਤੀ ਕਰਨੀ, ਅਰਦਾਸਾ ਸੋਧਣਾ, ਫਿਰ ਹੁਕਮਨਾਮਾ ਲੈਣਾ ਅਤੇ ਫਿਰ ਨਾਮ ਕਰਨਾ ਗੁਰੂ ਦੇ ਮੁਖਾਰਬਿੰਦ ਵਿੱਚੋਂ, ਬਾਣੀ ਵਿੱਚੋਂ। ਅੱਜ ਕੱਲ੍ਹ ਤਾਂ ਸਾਧ ਸੰਗਤ ਜੀ ਗੁਸਤਾਖੀ ਮਾਫ਼ ਕਰਨਾ, ਘਰ ਦੇ ਵਿੱਚ ਇਹ ਨਹੀਂ ਪਤਾ ਲੱਗਦਾ ਕਿ ਬੱਚਿਆਂ ਦਾ ਨਾਮ ਹੈ ਜਾਂ ਕੁੱਤੇ ਬਿੱਲਿਆਂ ਦਾ ਨਾਮ ਹੈ, ਕੁਛ ਨਹੀਂ ਪਤਾ ਲੱਗਦਾ। ਪਿੰਕੀ 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 ਕਹੀ ਜਾਣਾ, ਉਹ ਘਰ ਦੀ ਕੁੱਤੀਆਂ ਦਾ ਨਾਮ ਹੈ, ਜਨਾਨੀਆਂ ਦਾ ਨਾਮ ਹੈ, ਕੁਛ ਨਹੀਂ ਪਤਾ ਲੱਗਦਾ। ਟਾਈਗਰ ਟਾਈਗਰ ਕਹੀ ਜਾਣਾ, ਉਹ ਟਾਈਗਰ ਕੁੱਤੇ ਦਾ ਨਾਮ ਵੀ ਹੁੰਦਾ ਅਤੇ ਬੰਦੇ ਦਾ ਵੀ ਰੱਖਿਆ ਹੁੰਦਾ। ਗੁੱਸਾ ਕੀ ਮਾਫ਼ ਕਰਨਾ, ਮੈਂ ਕਿਸੇ ਦਾ ਲਾ ਕੇ ਗੱਲ ਨਹੀਂ ਕਰਦਾ। ਸਾਨੂੰ ਸਾਡੇ ਗੁਰੂ ਨੇ ਮਰਿਆਦਾ ਦੱਸੀ ਹੈ ਕਿ ਬੀਬੀਆਂ ਦੇ ਨਾਮ ਪਿੱਛੇ ਕੌਰ,
ਅਤੇ ਭਾਈਆਂ ਦੇ ਨਾਂ ਪਿੱਛੇ ਸਿੰਘ ਅਤੇ ਜਿਨ੍ਹਾਂ ਦੇ ਨਾਂ ਪਿੱਛੇ ਕੌਰ ਅਤੇ ਸਿੰਘ ਨਹੀਂ ਲੱਗਦਾ ਉਹ ਗੁਰੂ ਦੇ ਸਿੰਘ ਨਹੀਂ ਹੈਗੇ, ਉਹ ਸਿਰਫ ਭੇਖੀ ਨੇਗੇ। ਇੱਕ ਸਮਾਂ ਹੁੰਦਾ ਸੀ ਰਾਤ ਦੇ ਸਮੇਂ ਸਾਰੇ ਮਿਲ ਕੇ ਪਰਿਵਾਰ 'ਚ ਬਹਿ ਜਾਣਾ, ਜਨਮ ਸਾਖੀ ਪੜ੍ਹਨੀ। ਅੱਜ ਕੱਲ੍ਹ ਜਨਮ ਸਾਖੀ ਤਾਂ ਬਿਰਲੇ ਹੀ ਪੜ੍ਹਦੇ ਹੋਣਗੇ, ਮੋਬਾਈਲਾਂ 'ਚ ਗਿੱਟ ਮਿੱਟ ਗਿੱਟ ਮਿੱਟ ਗਿੱਟ ਮਿੱਟ ਲੱਗੀ ਹੈ ਜੀ। ਘਰ ਦੇ ਵਿੱਚ ਗੁਰਬਾਣੀ ਦਾ ਗੁਟਕਾ ਲੱਭੇ ਨਾ ਲੱਭੇ, ਇੱਕ ਘਰ ਦੇ ਵਿੱਚ ਦੋ ਦੋ ਤਿੰਨ ਤਿੰਨ ਚਾਰ ਚਾਰ ਮੋਬਾਈਲ ਜ਼ਰੂਰ ਲੱਭਣਗੇ। ਮੈਂ ਮੋਬਾਈਲਾਂ ਦਾ ਵਿਰੋਧ ਨਹੀਂ ਕਰਦਾ, ਮੋਬਾਈਲ ਅਸੀਂ ਵੀ ਵਰਤਦੇ ਹਾਂ, ਪਰ ਸਾਹ ਸੰਗਤ ਜੀ ਮੋਬਾਈਲ ਆਪਣੀ ਜਗ੍ਹਾ ਅਤੇ ਬਾਣੀ ਆਪਣੀ ਜਗ੍ਹਾ। ਗੁਰੂਆਂ ਦੇ ਨਾਮ ਯਾਦ ਨਹੀਂ, ਫਿਲਮੀ ਐਕਟਰਾਂ ਦੇ ਨਾਮ ਯਾਦ ਨੇ। ਇਹ ਮਾਨਸਿਕਤਾ ਜਦੋਂ ਬਦਲ ਰਹੀ ਹੈ ਨਾ, ਸੰਸਾਰ ਦੇ ਨਾਲ ਜੁੜ ਰਹੀ ਹੈ, ਤਾਂ ਫਿਰ ਕਿੱਥੇ ਸ਼ਹਾਦਤਾਂ, ਕਿੱਥੇ ਉਹ ਜਜ਼ਬਾ, ਕਿੱਥੇ ਸਬਰ ਸਿਦਕ, ਫਿਰ ਬੰਦਾ ਤਾਂ ਟੁੱਟੇਗਾ ਹੀ ਟੁੱਟੇਗਾ। ਰਾਜਨੀਤੀ ਕਹਿੰਦੀ ਹੈ ਕਿ ਸਿਰ ਵੱਢਿਆਂ, ਅਗਰ ਸਿਰ ਵੱਢਿਆਂ ਕੋਈ ਕੌਮ ਨਹੀਂ ਖਤਮ ਹੁੰਦੀ ਤਾਂ ਉਹਨਾਂ ਦੀ ਸੋਚ ਬਦਲ ਦਿਓ। ਹੁਣ ਦੇਖੋ ਸਿੱਖ ਕੌਮ ਦੇ ਵਿੱਚ ਪੰਜਾਬ ਦੀ ਧਰਤੀ 'ਤੇ ਅਜਿਹੇ ਜ਼ਿਆਦਾ ਹੋ ਗਏ ਨੇ ਕਿ ਜਿਹੜੇ ਈਸਾਈਆਂ ਈਸਾਈ ਧਰਮ ਨੂੰ ਕਬੂਲ ਕਰਦੇ ਆ। ਮਾਝੇ ਦਾ ਤਾਂ ਦੇਖ ਲਓ ਕਿੰਨਾ ਸਾਹ ਸੰਗਤ ਜੀ ਗੁੱਸਾ ਕੀ ਮਾਫ ਕਰਨਾ, ਐਸਾ ਮਾੜਾ ਹਾਲ ਹੈ ਕਿ ਘਰਾਂ ਦੇ ਘਰ ਈਸਾਈ ਬਣ ਰਹੇ ਨੇ। ਤੁਸੀਂ ਇਹੋ ਜਿਹੇ ਪਿੰਡ ਵੀ ਦੇਖ ਲਓਗੇ ਜਿਸ ਪਿੰਡ ਦੇ ਵਿੱਚ ਦੋ ਦੋ ਚਰਚਾਂ ਨੇ ਅਤੇ ਗੁਰਦੁਆਰਾ ਇੱਕ ਹੈਗਾ, ਪੱਗਾਂ ਬੰਨੀਆਂ, ਦਾੜੇ ਰੱਖੇ ਨੇ ਅਤੇ ਈਸਾਈ ਬਣ ਰਹੇ ਨੇਗੇ। ਇਹ ਤਾਂ ਪਰਮਾਤਮਾ ਤੋਂ ਵੀ ਉਲਟ ਜਾ ਰਹੇ ਨੇ। ਜੇ ਪਰਮਾਤਮਾ ਚਾਹੁੰਦਾ ਕਿ ਤੁਸੀਂ ਈਸਾਈ ਬਣੋ ਤਾਂ ਫਿਰ ਤੁਹਾਨੂੰ ਈਸਾਈਆਂ ਦੇ ਜਨਮ ਦੇ ਦਿੰਦਾ, ਤੁਹਾਨੂੰ ਸਿੱਖਾਂ ਦੇ ਜਨਮ ਕਿਉਂ ਦਿੰਦਾ? ਕੋਈ ਵੀ ਇਨਸਾਨ ਹੈ ਜਿਸ ਕੌਮ ਦੇ ਵਿੱਚ ਪੈਦਾ ਹੋਇਆ, ਭਾਵੇਂ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਉਹ ਮਰਦੇ ਦਮ ਤੱਕ ਉਸੇ ਕੌਮ ਦੇ ਵਿੱਚ ਰਹੇ। ਇਹ ਜਿਹੜੇ ਪਰਮਾਤਮਾ ਦੀ ਕੀਤੀ ਨੂੰ ਨਹੀਂ ਮੰਨਦੇ ਗੁਰੂ ਪਿਆਰੀ ਸਾਹ ਸੰਗਤ ਜੀ, ਉਹ ਪਰਮਾਤਮਾ ਦੀ ਖੁਸ਼ੀ, ਉਹ ਬੰਦਗੀ ਕਿਆ ਕਰਨਗੇ? ਗੁਰੂ ਨਾਨਕ ਦੇਵ ਮਹਾਰਾਜ ਨੇ ਮੁਸਲਮਾਨਾਂ ਨੂੰ, ਹਿੰਦੂਆਂ ਨੂੰ ਪਰਮਾਤਮਾ ਦੇ ਪਾਸੇ ਜੋੜਿਆ, ਪਰ ਇਹ ਕਦੀ ਨਹੀਂ ਕਿਹਾ ਕਿ ਤੁਸੀਂ ਇਸਲਾਮ ਛੱਡ ਕੇ ਮੈਨੂੰ ਫੋਲੋ ਕਰੋ, ਤੁਸੀਂ ਆਪਣਾ ਹਿੰਦੂ ਧਰਮ ਛੱਡ ਕੇ ਮੈਨੂੰ ਫੋਲੋ ਕਰੋ। ਨਹੀਂ, ਜੰਜੂ ਪਾਉਂਦੇ ਤਾਂ ਪਾਓ, ਬੋਧੀ ਰੱਖੀਏ ਤਾਂ ਰੱਖੋ, ਧੋਤੀ ਪਾਉਂਦੇ ਤਾਂ ਪਾਓ, ਪਰ ਕਰਮ ਜਿਹੜੇ ਨੇ ਨਾ ਉਹ ਭਰਮ ਵਾਲੇ ਨੇ, ਸੱਚ ਦੇ ਕਰੋ। ਕਾਜ਼ੀਆਂ ਨੂੰ ਉਪਦੇਸ਼ ਕੀਤਾ ਗਾ, ਮੁਸਲਮਾਨ ਸੀ, ਮੁਸਲਮਾਨ ਤਾਂ ਮੁਸਲਮਾਨ ਰਹੇ ਨੇ। ਪਾਂਡਿਆਂ ਨੂੰ ਉਪਦੇਸ਼ ਕੀਤਾ। ਪਰਮਾਤਮਾ ਮਜ਼ਹਬ ਬਦਲਦੇ ਨਾਲ ਨਹੀਂ, ਸੋਚ ਬਦਲਦੇ ਨਾਲ ਮਿਲਦਾ ਹੈ। ਹੁਣ ਜਦੋਂ ਗੁਰਦੁਆਰੇ ਨਹੀਂ ਜਾਣਾ, ਬਾਣੀ ਨਹੀਂ ਪੜ੍ਹਨਾ, ਨਾਮ ਨਹੀਂ ਜਪਣਾ, ਬੰਦਗੀ ਨਹੀਂ ਕਰਨੀ, ਤਾਂ ਫਿਰ ਸੋਚ ਗੁਰੂ ਵਾਲੇ ਬਣਨੀ ਨਹੀਂ, ਫਿਰ ਜਿਹੜਾ ਮਰਜ਼ੀ ਆ ਕੇ ਸੋਚ ਬਦਲ ਦਿੰਦਾ। ਕਈ ਲੋਕ ਕਹਿੰਦੇ ਈਸਾਈ ਧਰਮ ਨੂੰ ਅਡੋਪਟ ਕੀਤਾ ਸੀ, ਅਸਲ ਸੱਚਾਈ ਤਾਂ ਸਾਨੂੰ ਹੁਣ ਪਤਾ ਲੱਗੀ ਹੈ, ਪਹਿਲਾਂ ਤਾਂ ਅਸੀਂ ਹਨੇਰੇ 'ਚ ਹੀ ਘੁੰਮਦੇ ਰਹੇ, ਸਾਨੂੰ ਹੁਣ ਪਤਾ ਲੱਗਿਆ ਕਿ ਈਸਾਈ ਧਰਮ ਹੁੰਦਾ ਕੀ ਹੈਗਾ। ਕਮਾਲ ਦੀ ਗੱਲ ਹੈ। ਮੈਂ ਈਸਾਈਆਂ ਦੇ ਖਿਲਾਫ ਨਹੀਂ ਹੈਗਾ, ਮੈਂ ਮੁਸਲਮਾਨਾਂ ਦੇ ਖਿਲਾਫ ਨਹੀਂ ਹੈਗਾ, ਉਹਨਾਂ ਦੇ ਤਿਉਹਾਰ ਉਹਨਾਂ ਨੂੰ ਮੁਬਾਰਕ, ਜੰਮ ਜੰਮ ਮਨਾਉਣ, ਪਰ ਜਿਹੜੇ ਸਿੱਖ ਆਪਣੇ ਸਿੱਖ ਧਰਮ ਨੂੰ ਛੱਡ ਕੇ ਦੂਜੇ ਧਰਮਾਂ ਦੇ ਵਿੱਚ ਜਾ ਰਹੇ ਹੈ, ਇਹ ਸਾਧ ਸੰਗਤ ਜੀ ਉਹਨਾਂ ਦੀ ਗੱਲ ਹੈ, ਯਾਦ ਰੱਖਿਆ ਜੇ। ਹੋ ਸਕਦਾ ਆਉਣ ਵਾਲੇ 10-15 ਸਾਲਾਂ ਤੱਕ ਪੰਜਾਬ ਦੀ ਧਰਤੀ 'ਤੇ ਈਸਾਈ ਈਸਾਈ ਹੋ ਜਾਣ, ਸਿੱਖ ਬਹੁਤ ਥੋੜ੍ਹੇ ਰਹਿ ਜਾਣ, ਪਿੰਡਾਂ ਦੇ ਪਿੰਡ ਤਾਂ ਸਿੱਖ ਬਣਦੇ ਪਏ ਨੇ। ਇੰਨਾ ਲੰਮਾ ਜਲੂਸ ਈਸਾਈ ਕੱਢਦੇ ਹੈਗੇ, ਪੱਗਾਂ ਬੰਨੀਆਂ, ਦਾੜੇ ਰੱਖੇ ਹੋਏ ਨੇਗੇ। ਅੰਗਰੇਜ਼ ਵੀ ਨਾ ਮੁਸਕਰਾਉਂਦੇ ਹੈਗੇ ਕਿ ਦੇਖੋ ਅਸੀਂ ਪਹਿਲਾਂ ਇਹਨਾਂ ਨੂੰ ਰਾਜ ਸ਼ਕਤੀ ਨਾਲ ਗੁਲਾਮ ਬਣਾਇਆ, ਹੁਣ ਧਰਮ ਦੀ ਸ਼ਕਤੀ ਭਰਮ 'ਚ ਪਾ ਕੇ ਇਹਨਾਂ ਨੂੰ ਗੁਲਾਮ ਬਣਾਇਆ ਪਿਆ। ਸੋ ਗੁਰਮੁਖ ਪਿਆਰਿਓ, ਜਿਸ ਨੇ ਊੜਾ ਅਤੇ ਜੂੜਾ ਸੰਭਾਲ ਲਿਆ ਉਹ ਗੁਰੂ ਦੇ ਨਾਲ ਜੁੜਿਆ। ਆਪ ਅਤੇ ਆਪਣੇ ਬੱਚਿਆਂ ਨੂੰ ਗੁਰਦੁਆਰੇ ਲੈ ਕੇ ਜਾਓ, ਬਾਣੀ ਪੜ੍ਹੋ, ਬਾਣੀ ਪੜ੍ਹਾਓ। ਸਕੂਲਾਂ ਦੇ ਵਿੱਚ ਅੰਗਰੇਜ਼ੀ, ਹਿੰਦੀ, ਜਿਹੜੀ ਵੀ ਲੈਂਗੁਏਜ ਵਰਤੀ ਜਾਂਦੀ ਹੈ ਵਰਤੀ ਜਾਵੇ, ਪਰ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਪੰਜਾਬੀ 'ਚ ਗੱਲ ਕਰੋ। ਮੈਂ ਕਈ ਵਾਰ ਦੇਖ ਕੇ ਹੈਰਾਨ ਹੋ ਜਾਂਦਾ, ਸਾਰੇ ਨਹੀਂ ਪਰ ਕੁਝ,
ਗ੍ਰੰਥੀਆਂ ਦੇ ਰਾਗੀਆਂ ਦੇ ਪ੍ਰਚਾਰਕਾਂ ਦੇ ਪਰਿਵਾਰਾਂ ਵਿੱਚ ਬੱਚੇ ਹਿੰਦੀ ਬੋਲਦੇ ਆ। ਬਈ ਘਰਾਂ ਦੇ ਵਿੱਚ ਤੁਸੀਂ ਬੱਚਿਆਂ ਨੂੰ ਪੰਜਾਬੀ ਸਿਖਾਓ, ਬਾਣੀ ਪੜ੍ਹਾਓ, ਨਾਮ ਜਪਾਓ, ਗੁਰਦੁਆਰਾ ਸਾਹਿਬ ਲੈ ਕੇ ਆਓ ਤਾਂ ਗੱਲ ਬਣੇਗੀ। ਨਹੀਂ ਤਾਂ ਗੁਰੂ ਪਿਆਰੀ ਸਾਹਿਬ ਸੰਗਤ ਜੀ, ਉਸ ਸਮੇਂ ਸਿੱਖ ਥੋੜ੍ਹੇ ਰਹਿ ਗਏ ਸੀ, ਮਿਟੇ ਨਹੀਂ ਹੈਗੇ, ਕਿਉਂਕਿ ਸੋਚ ਬਹੁਤ ਹੀ ਜ਼ਿਆਦਾ ਤਕੜੀ ਬਲਵਾਨ ਸੀ। ਅੱਜ ਸੋਚ ਕਮਜ਼ੋਰ ਹੋ ਰਹੀ ਹੈ, ਤੁਸੀਂ ਆਪ ਸਿਆਣੇ ਹੋਗੇ। ਸੋ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ, ਖੂਨ ਡੋਲ ਦਿੱਤਾ ਗਾ, ਘਰਾਂ ਨੂੰ ਛੱਡ ਕੇ ਜੰਗਲਾਂ ਦੇ ਵੀ ਜੀਵਨ ਬਸਰ ਕੀਤਾ, ਉਹਨਾਂ ਦੇ ਕੁਰਬਾਨੀਆਂ ਦੀ ਬਦੌਲਤ ਅਸੀਂ ਜੀਵਨ ਦਾ ਸੁੱਖ ਭੋਗ ਰਹੇ ਹਾਂਗੇ। ਉਹਨਾਂ ਦੇ ਆਦਰਸ਼ਾਂ ਨੂੰ ਅਸੀਂ ਅੱਜ ਯਾਦ ਕਰਦੇ ਹਾਂ, ਯਾਦ ਸਾਨੂੰ ਵੀ ਕੀਤਾ ਜਾਏਗਾ। ਹੁਣ ਕਿਸ ਕੈਟਾਗਰੀ 'ਚ ਆਉਣਾ ਇਹ ਸੋਚ ਲਈਏ। ਸੋ ਇੰਨੀ ਕੁ ਸੇਵਾ ਪ੍ਰਵਾਨ ਕਰਨਾ।